ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਗੁਰਲਾਲ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਹਾਜ਼ਰ ਮੈਂ ਤੁਹਾਡੇ ਰੂਬਰੂ ਹੁੰਨਾ ਹਾਂ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਬਹੁਤ ਖਬਰਾਂ ਜਿਹੜੀਆਂ ਪਿਛਲੇ 24 ਘੰਟਿਆਂ 'ਚ ਨਵੀਆਂ ਵਾਪਰ ਗਈਆਂ ਜਿਹੜੀਆਂ ਧਿਆਨ ਮੰਗਦੀਆਂ ਨੇ ਪਰ ਆਪਣੇ ਨਾਲ ਮੁਅੱਜ਼ਜ਼ ਮਹਿਮਾਨ ਜੁੜ ਗਏ ਇੰਡੀਆ ਤੋਂ ਉਹ ਕਿਸੇ ਤਾਰੁਫ ਦੇ ਮੁਹਤਾਜ ਤਾਂ ਨਹੀਂ ਹੈ ਫਿਰ ਵੀ ਮੈਂ ਤੁਹਾਨੂੰ ਦੱਸ ਦੇਣਾ ਕਿ ਪੂਰਵ ਕਾਂਗਰਸ ਪੰਜਾਬ ਦੇ ਸਪੋਕਸਮੈਨ ਅਤੇ ਪੂਰਵ ਆਪੋਜੀਸ਼ਨ ਲੀਡਰ ਪੰਜਾਬ ਵਿਧਾਨ ਸਭਾ ਦੇ ਸਿਟਿੰਗ MLA ਹਕਾ ਭੁਲੱਥ ਪੰਜਾਬ ਤੋਂ ਸਰਦਾਰ ਸੁਪਾਲ ਸਿੰਘ ਖਹਿਰਾ ਆਪਣੇ ਨਾਲ ਜੁੜੇ ਵੀ ਸਕਾਈਪ ਵੀਡੀਓ ਕਾਨਫਰੰਸ ਬਹੁਤ ਸਾਰੇ ਕੁਐਸਚਨ ਹੈ ਤੁਹਾਡੇ ਵੀ ਬਹੁਤ ਕਮੈਂਟਸ ਆਏ ਸੀ ਉਹਨਾਂ ਵਾਸਤੇ ਅਤੇ ਆਪਾਂ ਉਹਨਾਂ ਨਾਲ ਜਿੰਨੀ ਹੋ ਸਕੇ ਮੁਲਾਕਾਤ ਵਧੀਆ ਅਤੇ ਸਾਰੇ ਕੁਐਸਚਨ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਖਹਿਰਾ ਸਾਹਿਬ ਸਵਾਗਤ ਜੀ ਤੁਹਾਡਾ ਬਹੁਤ ਬਹੁਤ ਜਸ ਪੰਜਾਬੀ ਓਪਨ ਪਲੇਟਫਾਰਮ ਪ੍ਰੋਗਰਾਮ ਤੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਔਰ ਸਭ ਮੇਰੀ ਫਤਿਹ ਜੀ 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 ਖਹਿਰਾ ਸਾਹਿਬ ਕਿੱਦਾਂ ਕੋਰੋਨਾ ਦੀ ਮਹਾਮਾਰੀ ਤੁਹਾਡੀ ਸਿਹਤ ਕਿੱਦਾਂ ਠੀਕ ਹੈ ਪਰਿਵਾਰ ਠੀਕ ਹੈ ਹਾਂਜੀ ਵਾਹਿਗੁਰੂ ਦੀ ਕਿਰਪਾ ਜੀ ਸ਼ੁਕਰ ਖਹਿਰਾ ਸਾਹਿਬ ਕੁਐਸਚਨ ਬਹੁਤ ਨੇ ਮੈਂ ਬੈਕ ਐਂਡ ਫੋਰਥ ਜਾਊਂਗਾ ਕਿਸਾਨ ਅੰਦੋਲਨ ਤੇ ਤੁਹਾਡਾ 2022 ਦੇ ਪਲਾਨ ਤੇ ਤੁਹਾਡੀ ਹਲਕਾ ਭੁਲੱਥ ਕੰਸਟੀਚੁਐਂਸੀ ਤੇ ਵਟ ਐਵਰ ਇਟ ਹੈਪਨਡ ਇਨ ਪਾਸਟ ਆਪਾਂ ਹਲਕੀ ਹਲਕੀ ਨਜ਼ਰ ਮਾਰਾਂਗੇ ਪਰ ਦੋ ਚੀਜ਼ਾਂ ਬਹੁਤ ਜ਼ਿਆਦਾ ਧਿਆਨ ਮੰਗਦੀਆਂ ਖਾਸ ਕਰਕੇ ਜਿਹੜੇ NRIs ਬੈਠੇ ਹੈ ਇੱਥੇ ਉਹਨਾਂ ਦਾ ਧਿਆਨ ਅਤੇ ਕੁਐਸਚਨਸ ਬਹੁਤ ਨੇ ਸਾਰ ਤੋਂ ਪਹਿਲਾਂ ਤਾਂ ਜਿਹੜਾ ਫਿਕਰ ਸੀ ਜੀ ਜੋ ED ਦੀ ਜੋ ਕਾਰਵਾਈ ਜਿਹੜੀ ਤੁਹਾਡੇ 'ਤੇ ਉੱਤੇ ਕੀਤੀ ਗਈ ਹੈ ਕੋਈ ਚਲਾਨ ਪੇਸ਼ ਨਹੀਂ ਕੋਈ ਕੁਛ ਨਹੀਂ ਐਨੀਵੇ ਸਾਨੂੰ ਨਹੀਂ ਪਤਾ ਇਹ ਮਾਨਯੋਗ ਕੋਰਟ ਦੇ ਅੰਡਰ ਹੈ ਤਾਂ ਆਪਾਂ ਟਿੱਪਣੀ ਨਹੀਂ ਕਰਾਂਗੇ ਪਰ ਤੁਸੀਂ ਦੱਸੋ ਕਿ ਇਹ ਕੋਈ ਰਾਜਨੀਤਿਕ ਵਜ੍ਹਾ ਨਾਲ ਇਹ ਕਾਰਵਾਈ ਕੀਤੀ ਗਈ ਹੈ ਜਾਂ ਕੋਈ ਹੋਰ ਕਾਰਨ ਸੀ ਜੀ ਦੇਖੋ ਪ੍ਰਾਇਮਰੀਲੀ ਪਹਿਲਾਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਜਿਹਨੂੰ ED ਕਹਿੰਦੇ ਆ ਉਹ ਬਣਾਇਆ ਕਾਹਦੇ ਵਾਸਤੇ ਗਿਆ ਉਹ ਇੰਡੀਆ ਦੀ ਇੱਕ ਕ੍ਰਾਈਮ ਏਜੰਸੀ ਹੈ ਜਿੱਦਾਂ ਤੁਹਾਡੇ FBI ਆ ਜੀ ਅਮਰੀਕਾ ਦੇ ਵਿੱਚ ਤੇ ਇਹਦਾ ਕੰਮ ਬੇਸਿਕਲੀ ਟਾਰਗੇਟ ਇਹ ਸੀਗਾ ਕਿ ਜਿਹੜੇ ਕਰਪਟ ਗਰੁੱਪ ਨੇ ਜਿਹੜੇ ਕਾਰਪੋਰੇਟ ਬਿਜ਼ਨਸਮੈਨ ਜਿਹੜੇ ਇਸ ਦੇਸ਼ ਨੂੰ ਲੁੱਟ ਕੇ ਲੈ ਕੇ ਜਾਂਦੇ ਨੇ ਔਰ ਜਿਹੜੇ ਕਰਪਟ ਬਿਊਰੋਕਰੇਟਸ ਨੇ ਜਿਹੜੇ ਪੋਲੀਟੀਸ਼ੀਅਨ ਜਿਹੜੇ ਸੱਤਾ ਵਿੱਚ ਰਹੇ ਨੇ ਜਿਹੜੇ ਜਿਹਨਾਂ ਨੇ ਪੰਜ ਚਾਰ ਚਾਰ ਕਰੀ ਸੂਬਿਆਂ ਤੋਂ ਉੱਤੇ ਰਾਜ ਕੀਤਾ ਇਹਨਾਂ ਲੋਕਾਂ ਦੀ ਕਰਪਸ਼ਨ ਨੂੰ ਚੈੱਕ ਕਰਨ ਲਈ ਕਿਤੇ ਇਹ ਆਪਣਾ ਨੰਬਰ 2 ਦਾ ਪੈਸਾ ਓਵਰਸੀਜ਼ ਘੁਮਾ ਕੇ ਫਰੋਮ ਡਿਫਰੈਂਟ ਆਫਸ਼ੋਰ ਅਕਾਊਂਟਸ ਜਿੱਦਾਂ ਕੈਰੇਬੀਅਨ ਵਿੱਚ ਜਾਂ ਦੁਬਈ ਦੇ ਵਿੱਚ ਜਾਂ ਈਵਨ ਸਰਟਨ ਅਦਰ ਪਲੇਸਿਸ ਜਿੱਥੇ ਸੌਫਟ ਬੈਂਕਿੰਗ ਆ ਕੰਟਰੀਜ਼ ਪੁੱਛਦੀਆਂ ਨਹੀਂ ਬਲੈਕ ਮਨੀ ਵਾਲੇ ਇਹ ਪੈਸਾ ਉੱਥੋਂ ਦੀ ਓਵਰਸੀਜ਼ ਆਫਸ਼ੋਰ ਅਕਾਊਂਟ ਤੋਂ ਰੂਟ ਕਰਕੇ ਵਾਪਸ ਇੰਡੀਆ 'ਚ ਲਾਂਡਰ ਕਰਕੇ ਉਹ ਮਤਲਬ ਧੋ ਕੇ ਵਾਈਟ ਮਨੀ ਕਰਕੇ ਉਸ ਨੂੰ ਨੈਪ ਕਰਨ ਦੇ ਵਾਸਤੇ ਏਜੰਸੀ ਬਣਾਈ ਜੀ ਔਰ ਇਟ ਹੈਜ਼ ਨੈਪ ਕਲਪ੍ਰਿਟਸ ਲਾਈਕ ਜਿੱਦਾਂ ਵਿਜੇ ਮਾਲਿਆ ਹੈ ਕਿੰਗਫਿਸ਼ਰ ਵਾਲਾ ਜਿਹੜਾ ਇਸ ਕੰਪਨੀ ਦਾ ਹੈ ਜਿਹਨਾਂ ਨੀਰਵ ਮੋਦੀ ਹੈ ਜੀ ਜਾਂ ਜਿਹੜੇ ਪੋਲੀਟੀਸ਼ੀਅਨ ਬਾਦਲ ਵਰਗੇ ਜਿਹੜੇ ਜਿਹਨਾਂ ਨੇ ਸੱਤ ਸੱਤ ਗੁੱਟਰ ਬਣਾਏ ਨੇ ਜਿਹਨਾਂ ਨੇ ਸੈਕਟਰੀ ਬਸਾਂ ਚੱਲੀਆਂ ਨੇ ਜਿਹਨਾਂ ਦੇ ਵੱਡੇ ਵੱਡੇ ਵਪਾਰ ਨੇ ਇੰਡੀਆ ਦੇ ਵਿੱਚ ਅਨਫੋਰਚੁਨੇਟਲੀ ਆਈ ਐਮ ਦ ਸਮਾਲੈਸਟ ਟ੍ਰਾਈਬ ਇਨ ਦ ਵਰਲਡ ਮੇਰੇ ਤੇ ED ਦਾ ਜਿਹੜਾ ਇੰਨੇ ਵੱਡੇ ਰੇਟ ਦਿੱਤੇ ਗਏ ਆ ਤੇ ਹਰ ਛੋਟੇ ਤੋਂ ਛੋਟੇ ਬੱਚੇ ਸਧਾਰਨ ਆਦਮੀ ਨੂੰ ਇਹ ਸਮਝ ਆਉਂਦਾ ਕਿ ਆਊਟ ਆਫ ਪੋਲੀਟੀਕਲ ਵਿੰਡੇਟਾ ਬਦਲਾ ਕੁੱਲ ਦੀ ਰਾਜਨੀਤੀ ਕਿਉਂਕਿ ਮੈਂ ਪਿਛਲੇ ਅਗਰ 22 ਸਾਲ ਦੀ ਮੇਰੀ ਰਾਜਨੀਤੀ ਉਹ ਮੈਂ ਕਦੇ ਵੀ ਪਾਵਰ 'ਚ ਗਿਆ ਹੀ ਨਹੀਂ ਗਾ ਜੀ ਐਨੀ ਆਫਿਸ ਮੈਂ ਤਾਂ ਹਮੇਸ਼ਾ ਇਨਜਸਟਿਸ ਦੇ ਖਿਲਾਫ ਕਰਪਸ਼ਨ ਦੇ ਖਿਲਾਫ ਲੜਨ ਵਾਲਾ ਆਦਮੀ ਆ ਜਦੋਂ ਆਪਾਂ ਕਹਿ ਸਕਦੇ ਕਿ ਵਿਸਲ ਬਲੋਅਰ ਆ ਕੋਈ ਫੇਲਰ ਆ ਮੈਨੂੰ ਟਾਰਗੇਟ ਕਰਕੇ ਤੇ BJP ਨੇ ਕੇਂਦਰ ਦੀ ਸਰਕਾਰ ਨੇ ਇੱਕ ਬਦਲਾ ਨੂੰ ਭਾਵਨਾ ਨਾਲ ਕੰਮ ਕੀਤਾ ਕਿਉਂਕਿ ਮੈਂ ਪਿਛਲੇ ਕਾਫੀ ਅਰਸੇ ਤੋਂ ਇਫ ਆਈ ਗੋ ਬੈਕ ਜਦੋਂ ਅਟਲ 370 ਐਡਵੋਕੇਟ ਦਾ ਜੰਮੂ ਕਸ਼ਮੀਰ ਦੇ ਵਿੱਚ ਜੀ ਉਹ ਸਾਰੇ ਦੇਸ਼ ਵਿੱਚ ਜਿਹੜੇ ਲੋਕ ਸੀਗੇ ਮੇਹਰ ਅਰਵਿੰਦ ਕੇਜਰੀਵਾਲ ਨੇ BJP ਦੀ ਸਪੋਰਟ ਕੀਤੀ ਜੀ ਸਾਰੇ ਪਾਰਟੀਆਂ ਮੈਂ ਆਰਟੀਕਲ 370 ਦੀ ਐਡਵੋਕੇਸ਼ਨ ਨੂੰ ਅਪੋਜ਼ ਕੀਤਾ ਸੀ ਔਰ ਮੈਂ ਕਿਹਾ ਸੀ ਕਿ ਸਾਡੇ ਫੈਡਰਲ ਢਾਂਚੇ ਦੇ ਉੱਤੇ ਡਾਇਰੈਕਟ ਅਟੈਕ ਜੀ ਇਸੇ ਤਰ੍ਹਾਂ ਹੀ ਦਾ ਜੋ ਆਪਾਂ ਲੋ ਬਣਿਆ UFK ਨੇ ਟਾਟਾ ਦੇ ਪੁੱਤਾਂ ਨੂੰ ਜਿਸ ਦਾ ਬੈਂਕ ਲੋ ਇੰਡੀਆ ਦਾ ਸਭ ਤੋਂ ਜ਼ਿਆਦਾ ਵਹਿਮੈਂਟਲੀ ਕੰਮ ਕੋਸ਼ਿਸ਼ ਕੀਤਾ ਗਰਾਊਂਡ ਤੇ ਜਾ ਕੇ ਲੋਕਾਂ ਨੂੰ ਸਮਝਾਇਆ ਔਰ ਫਿਰ ਫਾਰਮਲ ਐਜੂਕੇਸ਼ਨ ਵਿੱਚ ਮੈਂ ਮੁਕਲ ਕੋਰਸ ਕਿ ਉਹਨਾਂ ਦਾ ਉਹ ਫਾਰਮਲ ਐਜੂਕੇਸ਼ਨ ਦੇ ਵਿੱਚ ਜਿਹੜਾ 36 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੁੰਦੀ ਇੱਕ ਨੌਜਵਾਨ ਨਵਨੀਤ ਸਿੰਘ ਡਿਪਟੀ ਦਾ ਅੰਦਰਪੁਰ ਦਾ ਉੱਤਰ ਪ੍ਰਦੇਸ਼ ਦਾ ਮਾਰਿਆ ਗਿਆ ਸੀ ਜੀ ਜੇ ਗੌਰ ਕਿਸਾਨ ਜਥੇਬੰਦੀਆਂ ਨੇ ਪੂਰਾ ਇਸ਼ੂ ਨੂੰ ਉਠਾਇਆ ਸੀਗਾ ਸਭ ਤੋਂ ਜ਼ਿਆਦਾ ਮੈਂ ਰੁਦਰਪੁਰ ਵਿਜਿਟ ਕਰਕੇ ਔਰ ਉਹਦੇ ਪਰਿਵਾਰ ਨੂੰ ਪੂਰੀ ਸੈਂਟਰ ਸਟੇਜ 'ਤੇ ਲਿਆ ਕੇ ਦਿੱਲੀ ਹਾਈ ਕੋਰਟ ਵਿੱਚ ਕਰਾ ਕੇ
इस वक्त नोटिस कराया हुआ दिल्ली गवर्नमेंट को मैं लगता वा कि असल कहानी मेरे लिए कुल मिला के मेरी आवाज कोशिश है मेरी मैं ड्रॉन तक पहुँचाने की कोशिश है क्योंकि मेरे रेंज के दौरान ना कैश मिले जिहड़ा ये कहते फर्जी पासपोर्ट मिलेंगे ना वो मिले ना कोई इंद्र मैंने मेरी डॉक्यूमेंट्स मिले ना मेरे को जायदाद का ना मैं कहीं गलत काम किया हुआ एट द एंड ऑफ द डे यू विल व्हेनेवर दिस टू पॉइंट इंडिकेटर्स इंक्वायरी जी और सामने सारे तथ्य आ जाके मैं बेगुनाह हूं क्योंकि मैं जिस तरह का गलत मनी लॉन्ड्रिंग का काले काम काले धंधे काले काम कार्ड बिना भी प्रॉपर्टीज आई नेवर डन एनीथिंग लाइक आई जस्ट बीन टारगेटेड दैट्स बहुत बहुत शुक्रिया खैरा साहब बहुत सोहना एलैबरेट किया तुसीं। दूसरा क्वेश्चन है जो ताजी चल रही है तो मैं कल सिख समाज की गल नहीं कर रहा जेडे भी नानक नाम लेवा संगत है या गुरु ग्रंथ साहब जी नूं प्यार करन वाले प्राणी है उन्हां दा जिहड़ा हुण ताजी जिहड़ी कुंवर विजय प्रताप सिंह वालों जिहड़ी हाई कोर्ट दे विच्चों उन्हां दी सिट रद्द करनी उन्हां दे उत्ते भी टिप्पणी चलो मानयोग हाई कोर्ट है आपां उन्हां ते कोई किंतू परंतू नहीं करदे पर गल इह है कि होर सिट बन जाएगी होर इन्वेस्टिगेशन टीम बन जाएगी प्रॉब्लम है कि 2015 अज 2021 छः साल बीत गए ने दो नौजवानों की डैथ होंगी है धन श्री गुरु ग्रंथ साहब जी बेअदबी होंगी है उन्होंने सारिया चीज़ों इंसाफ कदों मिलेगा जी देखो अफसोस ना कहना पैदा कि जो क्रिमिनल जस्टिस सिस्टम है इंडिया का जी वो बहुत वीक है और छोटा जा कोर्ट है डिले जस्टिस डिनाइड जी ग्रंथ साहब अगे एक शब्द मानते हैं ਅਗਰ ਗੁਰੂ ਗ੍ਰੰਥ ਸਾਹਿਬ ਨੂੰ ਸਾਰੀਆਂ ਸਰਕਾਰਾਂ ਦੀ ਬੇਨਤੀ ਕੀਤਾ ਤੇ ਬਿਹਤਰ ਨਾਮ ਵਿੱਚ ਨੌਜਵਾਨਾਂ ਦੇ ਕਤਲ ਦੀਆਂ ਸਾਫ 6 ਸਾਲ ਤੱਕ ਨਹੀਂ ਦੇ ਸਕਦੀਆਂ ਤੁਸੀਂ ਤੋਂ ਦਾਦਾ ਲਾ ਸਕਦੇ ਕਿੰਨਾ ਵੀ ਕੇ ਸਿਸਟਮ ਹੈ ਇਨਫੈਕਟ ਆਪ ਕੋਰਟ ਇਸ ਜਿਹੜਾ ਇਸ ਫੈਸਲਾ ਆਇਆ ਕਿ ਜਿਹੜਾ ਐਸਆਈਟੀ ਨੂੰ ਪਹੁੰਚ ਗਿਆ ਆਈ ਵਿਲ ਆਲਸੋ ਕਾਲ ਦਿਸ ਮਿਸਕੈਰੇਜ ਆਫ ਜਸਟਿਸ ਮਿਸਕੈਰੇਜ ਜੀ ਅਮਰੀਕਾ ਦੇ ਤੇ 2020 ਮਈ ਨੂੰ एक बोरे ऑफिसर ने वॉच पॉइंट को खुदा रख के इन ह्यूमन तरीके ने उसका कत्ल कर दिया जी 11 महीने में जो सजा कर दी कल हो गई जी सेकंड डिग्री मर्डर चार्ज हो गया जी फॉर वेयर वी आर लिविंग वी आर लिविंग इन थर्ड वर्ल्ड कंट्री अनफॉर्चूनेटली इतने जो ताकतवर लोग ने जो क्रूशियल जो पैसे वाले लोग ने वो हर तरह का जो है ना पैसा वो मांगते हैं कानून का कुछ रुकावटा बोलते हैं नौ चलान पेश करते प्रताप सिंह करना ਰਿਕਮੈਂਡ ਕਰਦੇ ਪੰਜਾਬ ਨੂੰ ਕਿ ਤੁਸੀਂ ਇਸ ਹੈੱਡ ਨੂੰ ਚੇਂਜ ਕਰ ਦਿਓ ਸਾਰੀ ਐਸ ਆਈ ਟੀ ਫਾਈਂਡਿੰਗਸ ਨੂੰ ਵਾਸ਼ ਕਰਨਾ ਸਾਰਾ ਜਿਹੜੇ ਨੋਟ ਪਲਾਨ ਕੇ ਸ਼ੁਰੂ ਨੇ ਕਿਤੇ ਤੱਕ ਮੌਕ ਨਹੀਂ ਉਹ ਫਲੋ ਔਰ ਰਾਈਟ ਇਹ ਟਾਈਮ ਕੋਡ ਵਾਸਤੇ ਸੀਗਾ ਉਹਨਾਂ ਨੇ ਦੇਖਣਾ ਸੀਗਾ ਕਿ ਇਹ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੁਝ ਤੱਕ ਨਹੀਂ ਹੋਈ ਰਾਈਟ ਚੰਡੀਗੜ੍ਹ ਵਿੱਚ ਬੈਠ ਕੇ ਇੱਕ ਜੱਜ ਸਾਹਿਬ ਕੈਨ ਨਾਟ ਡਿਸਾਈਡ ਦ ਫੇਟ ਆਫ ਗੁਰੂ ਗ੍ਰੰਥ ਸਾਹਿਬ ਕੈਨ ਨਾਟ ਡਿਸਾਈਡ ਦ ਫੇਟ ਆਫ ਦੋਸ ਟੂ ਬੋਇਜ਼ ਕਿਲਡ ਐਟ ਬੈਂਕ ਕਲਾਂ on early morning October 2015 ji to main samajhta ke bada hi anyay hoya va aur main samajhta hun captain amrinder singh nu do raha ne dikta ho is faisle nu chunauti de sakde ne supreme court of india ji aur aaj covid te kadde nazar rakhde han mainu nahi lagda ke supreme court is tarah de mamle nu competence ya koi hor faisla agle 6 mahine tak de sakda ji usda raha hega captain amrinder singh court jehda kiya ne suggest kita ਕਿ ਹੀ ਸ਼ੁੱਡ ਇਮੀਡੀਏਟਲੀ ਕੰਟੈਕਟ ਦ ਨਿਊ ਐਸਆਈਟੀ ਔਰ ਉਹ 30 ਡੇਜ਼ ਦਾ ਟਾਈਮ ਲੈ ਸਕਦਾ 30 ਦਿਨ ਦਾ ਟਾਈਮ ਹੋ ਪਹਿਲਾਂ ਸੋਚਣਾ ਕਰ ਲੈ ਕਿ ਉਹ ਪੌਣੇ 3 ਸਾਲ ਉਹ ਤਹਿਕੀਕਾਤ ਕਰਦੇ ਨੇ ਜਦ ਕਿ ਉਹਦੇ ਕੋਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਐਟ ਹੈਂਡ ਸੀ ਸਿਰਫ ਉਹਨਾਂ ਨੇ ਚੰਦ ਵਿਟਨੈਸਸ ਨੂੰ ਦੇ ਬਿਆਨਾਂ ਲੈ ਕੇ ਤੇ ਹੀ ਤਾਂ ਡਾਟ ਇਟ ਵੈਰੀ ਵੈਰੀ ਫਾਸਟ ਲੇਕਿਨ ਜਿਹੜੀ ਹੁਣ ਐਸਆਈਟੀ ਬਣਾਈ ਆਪਣੇ ਨਵੀਂ ਉਸ ਕੇਵਲ 30 ਦਿਨ ਦਾ ਟਾਈਮ ਦਿੱਤਾ ਜੋ ਤਦ ਤਾਂ ਸਾਰੇ ਸੰਦੇ ਅਦਾਲਤਾਂ ਵਿੱਚ ਨੇ ਐਸ ਆਈ ਟੀ ਦੇ ਕੋਲ ਨੇ ਬਿਆਨ ਨੇ ਆਡੀਓ ਵੀਡੀਓ ਰਿਕਾਰਡਿੰਗਸ ਆ ਔਰ ਐਸ ਆਈ ਟੀ 30 ਦਿਨ ਵਿੱਚ ਆਪਣੇ ਦੁਬਾਰਾ ਫਰੈਸ਼ ਚਲਾਨ
ਸੁਪਰੀਮ ਕੋਰਟ ਦੇ ਅਦਾਲਤ ਵਿੱਚ ਪੇਸ਼ ਕਰਨ ਦੀਸ ਆਰ ਦੀ ਓਨਲੀ ਟੂ ਆਪਸ਼ਨਸ ਲੇਕਿਨ ਲਾਰਜਰ ਤਸਵੀਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਅਸਲੀਅਤ ਇਹ ਹੈਗੀ ਆ ਕਿ ਪੰਜਾਬ ਕਿਉਂਕਿ ਘੱਟ ਗਿਣਤੀਆਂ ਦਾ ਸੂਬਾ ਵਾ ਜੀ ਕਸ਼ਮੀਰ ਕਿਉਂਕਿ ਘੱਟ ਗਿਣਤੀਆਂ ਦਾ ਸੂਬਾ ਵਾ ਇਹ ਜਿਹੜੀਆਂ ਸਟੇਟਸ ਨੇ ਕਿ ਜਿਹੜੀ ਇੱਕ ਸਟੇਟ ਪਾਵਰ ਹੈ ਆਰਗੇਨਾਈਜ਼ਡ ਪਾਲਿਸੀ ਆ ਦੀ ਚਾਹੇ ਉਹ ਕੋਈ ਬੈਠਾ ਹੋਵੇ ABC ਦੀ ਇਹ ਉਹਨਾਂ ਦੀ ਸਾਡੇ ਤੱਕ ਜਿਹੜੀ ਪੱਖਪਾਤੀ ਰਵੱਈਆ ਵਾ ਕਿ ਦਬਾ ਕੇ ਰੱਖਣਾ ਇਹਨਾਂ ਨੂੰ ਚੁੱਪ ਚ ਰੱਖਣਾ ਤੇ ਉਹਦਾ ਵੀ ਗੁਜ਼ਾਰਾ ਕੀਤਾ ਗਿਆ ਕਿਸਾਨ ਅੰਦੋਲਨ ਦੇਖੋ ਕਿਤੇ 7 ਮਹੀਨਿਆਂ ਤੋਂ ਬੈਠੇ ਦਿੱਲੀ ਵਿੱਚ ਜਾ ਕੇ ਜੀ ਮੇਰੇ ਖਿਆਲ 350-400 ਕਿਸਾਨ ਮਰ ਚੁੱਕਾ ਵਾ ਬਟ ਦਿੱਲੀ ਦੀ ਸਰਕਾਰ ਤੇ ਕੋਈ ਅਸਰ ਨਹੀਂਗਾ ਔਰ ਇਸ ਨੂੰ ਬਹੁਤ ਉਲਟਾ ਇਹਨੂੰ ਮਜ਼ਾਕ ਕਰਦੇ ਨੇ ਹਦਸਬੰਦ ਕਹਿੰਦੇ ਨੇ ਜਿਹੜੀ ਇਹਨੂੰ ਕਹਿੰਦੇ ਪਿਕਨਿਕ ਮਨਾਉਣਾ ਹੈ ਇਹ ਕਿਸਾਨ ਕਰੀਏ ਇਹ ਸਾਰਾ ਕੁਝ ਦੱਸਦਾ ਬਲਕਿ ਦਿੱਲੀ ਦੇ ਤੱਕ ਆ ਉਹਦਾ ਪੰਜਾਬ ਨੂੰ ਤੇ ਰਵੱਈਆ ਜੀ ਵੱਡੀ ਤਸਵੀਰ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ जी जी खेरा साहब आ जी तुसी गल कही है उस तो विच क्वेश्चन छोटा जा तुहानू पुछ के छोटी जी ब्रेक लवांगे आपां रियल क्विक जदों जस्टिस पहला कमीशन बनाया सी बादल साहब की सरकार वेले आपां उहनू भी छड्ड दिंदे आ उस तो बाद जस्टिस रणजीत सिंह दा कमीशन ने पूरी तहकीकात कीती सी उस तो बाद सिट बनाउण दी की जरूरत सी हो सकदा असी किसी गलतफहमी च होवे कोई हो सकदा बेनीफिट ऑफ द डाउट देण लई बनाई होवे कि इहदा कारण सीगा कि सोलिड कारण सीगा कि दुबारा फिर सिट बनाउणी है देखो जस्टिस रणजीत सिंह कमीशन ने एक ब्रॉड बेस्ड इंक्वायरी कीती सी और उन्होंने काफी हद तक रिपोर्ट कंपाइल कर लिया हुण इस रिकॉर्ड नूं अदालत विच चला के छड्ड के पेश करन वास्ते कोई गंभीर एजेंसी चाहिए देयरफॉर वी शुड कैरी आउट दैट ਐਸਐਚਓ ਸਾਰੀਆਂ ਗੱਲਾਂ ਦਾ ਅਦਾਲਤ ਵਿੱਚ ਡਾਇਰੈਕਟਲੀ ਚਲਾਨ ਪੇਸ਼ ਕਰ ਸਕਦਾ ਪਰ ਜਦੋਂ ਕਿਸੇ ਗੱਲ ਨੂੰ ਠੰਡੇ ਬਸਤੇ ਚ ਪਾਉਣਾ ਹੁੰਦਾ ਹੈ ਇਸ ਦੇਸ਼ ਵਿੱਚ ਫਿਰ ਆਮ ਜੀ ਦੇ ਕਿਉਂਕਿ ਕਮੇਟੀਆਂ ਬਣਾਈਆਂ ਜਾਂਦੀਆਂ ਕਮਿਸ਼ਨ ਬਣਾਏ ਜਾਂਦੇ ਨੇ ਲੁੱਕ ਐਟ ਵਾਟ ਹੈਪਨਡ ਇਨ 1984 ਐਡਾ ਵੱਡਾ ਕਤਲੇਆਮ ਹੋਇਆ ਹਜ਼ਾਰਾਂ ਦੀ ਤਾਦਾਦ ਵਿੱਚ 37 ਸਾਲ ਤੋਂ ਬਾਅਦ ਅਲੇ ਕਮਿਸ਼ਨ ਕਮੇਟੀਆਂ ਰਿਪੋਰਟਾਂ ਇਹਦੇ ਵਿੱਚ ਉਲਝ ਕੇ ਰਹਿ ਗਏ ਐਗਜੈਕਟਲੀ ਇਸ ਮਸਲੇ ਨੂੰ ਕਿ ਕੇਂਦਰ ਦੀ ਸਰਕਾਰ ਔਰ ਜਿਹੜੀ ਸਟੇਟ ਪਾਲਿਸੀ ਹੈ ਜਿਹੜਾ ਇੱਕ ਨਜ਼ਰੀਆ ਵਾ ਪੰਜਾਬ ਦੇ ਪ੍ਰਤੀ ਇਸੇ ਤਰ੍ਹਾਂ ਹੀ ਇਸ ਸਾਰੇ ਮੁੱਦੇ ਨੂੰ ਤੁਰਤ ਕਰਨ ਦੇ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਇਸ ਲਈ ਮੰਨ ਲਿਆ ਕਿ ਐਸਆਈਟੀ ਬਣ ਗਈ ਸੀ ਸੋ ਵਾਟ ਕੈਪਟਨ ਅਮਰਿੰਦਰ ਸਿੰਘ ਗਵਰਨਮੈਂਟ ਸ਼ੁੱਡ ਹੈਵ ਡਨ ਵਾਸ ਕਿ ਇਹਨੂੰ ਮੈਕਸਿਮਮ ਉਹ ਜਦੋਂ ਬਣਾਈ ਸੀ ਸਿਰਫ 60 ਦਿਨ ਦਾ ਟਾਈਮ ਦਿੰਦੇ ਜੀ 2 ਮਹੀਨਿਆਂ ਦੇ ਵਿੱਚ ਤੁਸੀਂ ਚਲਾਨ ਪੇਸ਼ ਕਰਨਾ ਹੋ ਜਦ ਆਪਾਂ ਉਹਨੂੰ 2.5-3 ਸਾਲ ਦਾ ਟਾਈਮ ਦਿੱਤਾ ਉਹ ਬਹੁਤ ਸਾਰੇ ਅਫਸਰ ਹਾਈਕੋਰਟ ਚ ਲੱਗੇ ਉਹ ਹੈਰਾਨ ਵੀ ਕਰ ਲਿਆ ਕਿ ਨੋਰਮਲ ਕੋਰਸ ਵਿੱਚ ਸਾਡੀਆਂ ਜਿਹੜੀਆਂ ਕੋਰਟਸ ਉਹ ਜਿਹੜੇ ਛੋਟੇ ਕ੍ਰਾਈਮ ਨੇ ਨਾ ਜਿੱਦਾਂ ਕੋਈ ਝਗੜਾ ਹੋਇਆ ਕਿਸੇ ਨੂੰ ਫਿਜ਼ੀਕਲ ਇੰਜਰੀ ਹੋ ਗਈ ਜੀ ਕੋਈ ਤੇ ਕੋਈ ਉਂਗਲ ਵੱਢੀ ਗਈ ਕੋਈ ਦੰਦ ਟੁੱਟ ਗਿਆ ਜਿਹਨੂੰ ਆਪਾਂ ਨੋਰਮਲ ਸਾਰੇ ਪੰਜਾਬੀ ਸਮਝਦੇ ਨੇ 336 ਦਾ ਅਫੈਕਟ ਬਣ ਗਿਆ ਜੀ ਸਾਡੇ ਕੋਰਟਸ ਆ ਉਹਦੇ ਵਿੱਚ ਵੀ ਨਹੀਂ ਕਦੇ ਬੇਲ ਦਿੰਦੇ ਰੈਗੂਲਰ ਬੇਲ ਨਹੀਂ ਦਿੰਦੇ ਬੰਦਾ ਅੰਦਰ ਜਾਂਦਾ ਕਈ ਕਈ ਮਹੀਨੇ ਅੰਦਰ ਰਹਿੰਦਾ ਜਾਂ 307 ਹੋਵੇ ਅਟੈਂਪਟ ਮਰਡਰ ਪਰ ਬੈਪਲ ਕਲਾਮ ਦੇ ਗੋਲੀ ਕਾਂਡ ਵਿੱਚ ਯਕੀਨ ਕਰਨਾ ਥਾਣੇਦਾਰ ਤੋਂ ਲੈ ਕੇ ਐਸਪੀ ਜਿਹੜਾ ਸੀਗਾ ਐਸਐਸਪੀ ਤੋਂ ਉਹ ਮੈਂ ਨਾਮ ਭੁੱਲ ਰਿਹਾ ਜਿਹੜਾ ਕਲਪ੍ਰਿਟ ਸੀਗਾ ਉਹਨਾਂ ਸਭ ਨੂੰ ਬਹੁਤਿਆਂ ਨੂੰ ਐਂਟੀਸਪੇਟਿਵ ਬੇਲਸ ਮਿਲ ਗਈਆਂ ਹਰ ਵਾਰੀ ਰਹਿ ਕੇ ਅਤੇ ਚਾਹੁੰਦਾ ਆਦਮੀ ਜੇ ਕਿ ਉਹਨਾਂ ਨੂੰ 1-2 ਮਹੀਨਿਆਂ ਦੇ ਵਿੱਚ ਉਹਨਾਂ ਨੇ ਰੈਗੂਲਰ ਬੇਲਸ ਦੇ ਦਿੱਤਾ ਕਦਮ ਮਾਰ ਕੇ ਸੰਗੀਤ ਜੁਰਮ ਵਿੱਚ ਕਿਵੇਂ ਐਂਟੀਸਪੇਟ ਬੇਲਸ ਇਟਸ ਅਨਪ੍ਰੈਸੀਡੈਂਟਡ ਆਲ ਓਵਰ ਦਾ ਵਰਲਡ ਥੈਰਫੋਰ ਮੈਂ ਤਾਂ ਇਹੀ ਕਹਿ ਸਕਦਾ ਕਿ ਬਹੁਤ ਬੇਇਨਸਾਫ ਹੋ ਰਿਹਾ ਹੁਣ ਅਮਰਿੰਦਰ ਸਿੰਘ ਦੇ ਉੱਤੇ ਮੁਨਸਰ ਆ ਕਿ ਕੀ ਉਹ ਲੋਕਾਂ ਦਾ ਵਿਸ਼ਵਾਸ ਲੋਕਾਂ ਬਣ ਸਕਦੇ ਕਿ ਨਹੀਂ ਬਣ ਸਕਦੇ ਅਗਰ ਉਹਨਾਂ ਨੇ ਕੀ ਇਹਨੂੰ ਠੰਡੇ ਬਸਤੇ 'ਚ ਪਾਤਾ ਸੁਪਰੀਮ ਕੋਰਟ ਨੂੰ ਕਹਿਤਾ ਅਪੀਲ ਕਰਤੀ ਮਾਈਂਡ ਯੂ ਅਜੇ ਕਿਤੇ ਤੋਂ ਕੁਛ ਨਹੀਂ ਨਿਕਲ ਵਾਲਾ ਦੂਸਰਾ ਨੂੰ ਦੇਖ ਕੇ ਬੈਠਣ ਨੂੰ ਨਜ਼ਰ ਆਉਂਦਾ जी 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 खैरा साहब बहुत बहुत धन्यवाद तुसी बहुत सोहना इलैबोरेट किया इस पूरे एपीसोड नूं आपां रुकदे हां सिर्फ छोटी जी ब्रेक लई ते आपां फिर जुड़दे हां दर्शकों सरदार सुखपाल सिंह खैरा साडे नाल जुड़े हुए ने बहुत सोहना इलैबोरेशन इन्हां वल्लों चल रहा हर मुद्दे ते आपां मिलदे हां एक छोटी जी ब्रेक तों बाद इसे तरह बने रहो जस पंजाबी ते स्वागत जी तुहाडा सारयां दा फिर मैं तुहाडा गुरलाल
प्रोग्राम ओपन प्लेटफॉर्म लैके हाजिर हैं। साडे नाल जुड़े हुए हैं सरदार सुखपाल सिंह खहरा MLA पुलथ पंजाब, उन्हां दा स्वागत फिर करते हैं। तो अगले क्वेश्चन नाल वधदे हां। खहरा साहब, अगला क्वेश्चन मेरा यह है कि मैं तुहाडी ना बहुत साल पहला एक इंटरव्यू देखी सी, उहदे विच तुसीं कहा सीगा कि मैं कांग्रेस दे नाल हैगा क्योंकि मैनू लगता है कि एक बड़ी नैशनल पार्टी नाल जुड़ के मैं आपदे एरिए ते आपदे पंजाब दा ज़्यादा कुछ बैटर कर सकदा हां। जिद्दां तुहाडे माणयोग फादर साहब भी अकाली दल च सी, चलो उस तो बाद की कारण रहे कि तुहानू पंजाब तुसीं स्पोक्समैन भी सी जे हुण उहदे तां शायद तुसीं कैबिनेट मिनिस्ट्री तक आराम नाल चले जांदे, ਆਪਾਂ ਉਹਨੂੰ ਛੱਡ ਕੇ ਰੀਜ਼ਨ ਕੀ ਸੀ ਕਿ ਤੁਹਾਨੂੰ ਪੰਜਾਬ ਆਈ ਮੀਨ ਕਾਂਗਰਸ ਜਿਹੜੀ ਹੈ ਉਹ ਛੱਡਣੀ ਪਈ? ਦੇਖੋ ਤੁਹਾਨੂੰ ਯਾਦ ਹੋਵੇਗਾ ਕਿ ਆਲਮੋਸਟ ਅਰਾਊਂਡ 2013-14 ਚ ਅਰਵਿੰਦ ਕੇਜਰੀਵਾਲ ਔਰ ਅਨੰਤ ਹਜ਼ਾਰੇ ਦੇ ਮੂਵਮੈਂਟ ਨੇ ਬਹੁਤ ਇੰਟਰਸਟਿੰਗ ਜਾਇ ਇੰਡੀਅਨ ਪੋਲਿਟਿਕਸ, ਔਰ ਤੁਸੀਂ ਇਹ ਵੀ ਆਪ ਸਾਰੇ ਸੁਣਦੇ ਆ ਕਿ ਕੀ ਕਿਆ ਨੈਸ਼ਨਲ ਪਾਰਟੀ ਬਣੀਆਂ ਨੇ ਸਭ ਕੁਝ ਹੈਗਾ, ਪਰ ਸਿਸਟਮ ਸਾਡੇ ਦੇਸ਼ ਦਾ ਬਹੁਤ ਕਰਪਟ ਹੈ, ਇਹ ਸਾਰੇ ਮੰਨ ਕੇ ਚੱਲਦੇ ਜੀ। ਔਰ ਜਦੋਂ ਅੰਨਾ ਹਜ਼ਾਰੇ ਵਰਗਾ ਇੱਕ ਸੁਧਾਰਕੂ ਵਿਅਕਤੀ ਉੱਠਿਆ, ਉਸ ਨਾਲ ਇੱਕ ਟੀਮ ਜੁੜੀ ਔਰ ਇੱਕ ਬਹੁਤ ਵੱਡਾ ਹਜ਼ੂਰ ਦਿੱਲੀ ਦੇ ਵਿੱਚ ਲਿਆ, ਬਹੁਤ ਸਾਰੇ ਚੰਗੇ ਲੋਕਾਂ ਨੂੰ ਲੱਗਿਆ ਕਿ ਦਿਸ ਮੇ ਬੀ ਦਾ ਪਲੈਟਫਾਰਮ ਜਿਹੜਾ ਸਾਡੇ ਦੇਸ਼ ਦੀ ਰਾਜਨੀਤੀ ਆਲਟਰ ਕਰ ਸਕਦਾ, ਔਰ ਉਸ ਮੂਵਮੈਂਟ ਵਿੱਚੋਂ ਆਮ ਆਦਮੀ ਪਾਰਟੀ ਬਣਾਈ ਗਈ। ਉਹਨਾਂ ਨੇ ਦਿੱਲੀ ਵਿੱਚ ਕੋਸ਼ਿਸ਼ ਕੀਤਾ, ਪਹਿਲੀ ਵਾਰ ਦੇ ਵਿੱਚ ਉਹਨਾਂ ਨੂੰ ਕਾਫ਼ੀ ਅੱਛਾ ਰਿਸਪੋਂਸ ਮਿਲਿਆ। ਪਾਰਲੀਮੈਂਟ 2014 ਦੇ 2014 ਚ ਦੇਸ਼ ਵਿੱਚ ਤਾਂ ਉਹਨਾਂ ਨੂੰ ਕੋਈ ਰਿਸਪੋਂਸ ਨਹੀਂ ਮਿਲਿਆ, ਲੇਕਿਨ ਪੰਜਾਬ ਦੇ ਲੋਕਾਂ ਨੇ 4 ਮੈਂਬਰਸ ਪਾਰਲੀਮੈਂਟ ਬਣਾਉਂਦੇ, ਸੋ ਪੰਜਾਬ ਦੇ ਵਿੱਚ ਇੱਕ ਰੇ ਆਫ ਹੋਪ ਆਈ ਕਿ ਪੋਸੀਬਲੀ ਹੋ ਸਕਦਾ ਇਹ ਜਿਹੜਾ ਪਲੈਟਫਾਰਮ ਨਵਾਂ ਬਣਿਆ, ਇਹ ਜਿਹੜਾ ਸਾਡਾ ਕਰਪਟ ਡਿਕੇਟ ਸਿਸਟਮ ਆ ਇੱਥੇ ਜਿਹੜਾ ਰੱਦੀ ਹੋ ਚੁੱਕਾ, ਸ਼ਾਇਦ ਇਸ ਨੂੰ ਬਦਲਣ ਚ ਸਹਾਈ ਹੋਵੇਗਾ। ਜਿੱਦਾਂ ਬਹੁਤ ਸਾਰੇ ਹੋਰ ਲੋਕਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ, ਬਿਲਕੁਲ ਇਸ ਰੂਪ ਦੇ ਨਾਲ ਓਨੈਸਟਲੀ ਸਪੀਕਿੰਗ ਮੈਂ ਆਮ ਆਦਮੀ ਪਾਰਟੀ 2015 ਦੇ ਦਸੰਬਰ ਵਿੱਚ ਜੁਆਇਨ, ਇਹ ਮੇਰਾ ਪ੍ਰਮੁੱਖ ਕਾਰਨ ਜੁਆਇਨ ਕਰਨ ਦਾ ਸਿਰਫ ਇੰਨਾ ਹੀ ਸੀ। ਅਦਰਵਾਈਜ਼ ਲਾਈਕ ਯੂ ਸੈਡ, ਇਫ ਆਈ ਕੰਟੀਨਿਊ ਇਨ ਕਾਂਗਰਸ, ਕਿ ਉੱਥੇ ਸੀਨੀਓਰਿਟੀ ਵੀ ਸੀ, ਮੇਰੀ ਲੋਕ ਰਿਸਪੈਕਟ ਵੀ ਕਰਦੇ ਸੀ, ਮੇਰੀ ਜਿਹੜੀ ਹਾਈ ਕਮਾਂਡ ਡਾਇਰੈਕਟ ਸੀ ਰਾਹੁਲ ਗਾਂਧੀ ਪ੍ਰਪੋਜ਼ ਵਟ ਸ਼ੁਡ ਆਈ ਸੇ, ਕਿ ਮੇਰੇ ਅੱਛੇ ਤੁਲੰਕਾ ਉਹਨਾਂ ਨਾਲ ਮੇਰੀ ਸਟੇਟ ਲੀਡਰਸ਼ਿਪ ਸਾਡੀ ਰਿਸਪੈਕਟ ਕਰਦੀ ਸੀ, ਪਰ ਜਸਟ ਟੂ ਬ੍ਰਿੰਗ ਅਪ ਸਮ ਯੂ ਨੋ ਵਟ ਸ਼ੁਡ ਆਈ ਸੇ ਸਮ ਮੀਨਿੰਗਫੁਲ ਚੇਂਜ ਇਨ ਆਵਰ ਸੋਸਾਇਟੀ ਐਂਡ ਇਨ ਆਵਰ ਪੋਲਿਟੀ ਜੀ, ਆਈ ਟੁੱਕ ਦਿਸ ਸਟੈਪ ਆਫ ਜੁਆਇਨਿੰਗ ਆਮ ਆਦਮੀ ਪਾਰਟੀ। ਜੀ ਜੀ ਜੀ, ਖਹਿਰਾ ਸਾਹਿਬ ਚਲੋ ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ, ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ, ਆਪਦਾ ਏਰੀਆ 1 ਕੀਤਾ, ਫਿਰ ਫੂਲਕਾ ਸਾਹਿਬ ਤੋਂ ਬਾਅਦ ਤੁਸੀਂ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ, ਕੀ ਕੋਈ ਕੀ ਕਾਰਨ ਰਹੇ ਕਿ ਤੁਹਾਨੂੰ ਉੱਥੋਂ ਵੀ ਕੁਇਟ ਕਰਨਾ ਪਿਆ, ਕੀ ਕਾਰਨ ਰਹੇ ਹੋਣਗੇ? ਦੇਖੋ ਮੋਟੇ ਤੌਰ 'ਤੇ ਜਿਹੜੇ ਲੋਕਾਂ ਨੇ ਮੈਨੂੰ ਫੋਲੋ ਕੀਤਾ ਜਾਂ ਜਿਹੜੇ ਪੰਜਾਬ ਦੀ ਪੋਲੀਟਿਕਸ ਨੂੰ ਕਲੋਜ਼ਲੀ ਵਾਚ ਕਰਦੇ ਆ, 2017 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਹਿਲੀ ਵਾਰ 20 MLA ਮਿਲੇ ਓਪੋਜੀਸ਼ਨ ਪ੍ਰਿੰਸੀਪਲ ਓਪੋਜੀਸ਼ਨ ਦਾ ਮੌਕਾ ਮਿਲਿਆ ਬਣਨ ਦਾ ਜੀ, ਔਰ ਪਹਿਲਾਂ HS ਫੁਲਕਾ ਜਿਹੜੇ ਸੀ ਸਾਡੇ ਲੀਡਰ ਆਫ ਓਪੋਜੀਸ਼ਨ ਬਣੇ, ਮੇਰਾ ਖਿਆਲ ਹੈ ਕਿ 7-8 ਮਹੀਨੇ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਲੱਗਿਆ ਕਿ ਜਿਹੜੇ ਦਿੱਲੀ ਦੇ ਕੇਸ ਪਰਸੂ ਕਰਿਆ ਸੀਗਾ ਐਂਟੀ ਸਿੱਖ ਜਿਹੜੇ ਕਤਲੂ ਗਾਰਤ ਸੀ, ਸਿੱਖ ਜੈਨੋਸਾਈਡ ਹੋਈ ਸੀ ਦਿੱਲੀ 'ਚ, ਮੈਂ ਸੁਪਰੀਮ ਕੋਰਟ ਆਪਣਾ ਟਾਈਮ ਸਪੈਂਡ ਕਰਨਾ, ਉਹ ਆਪਣਾ ਕੁਇਟ ਕਰਕੇ ਤੇ ਦਿੱਲੀ ਚਲੇ ਗਏ ਜੀ। ਜਿਹੜੇ ਸਾਡੇ ਐਮਐਲਏ ਸੀ ਵੀ ਦੇ ਗਏ ਬਾਈ ਦੈਨ, ਉਹਨਾਂ ਦੇ ਨਾਲ ਮੇਰੀ ਚੰਗੀ ਵਾਰਤਾ ਹੋ ਚੁੱਕੀ ਸੀ, ਉਹਨਾਂ ਨੇ ਮੇਰਾ ਕੰਮਕਾਰ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਦੇਖਿਆ ਹੋਇਆ ਸੀ, ਉਹਨਾਂ ਨੇ ਹਾਈਕਮਾਂਡ ਜਿਹੜੀ ਸੋ ਕਾਲਡ ਹਾਈਕਮਾਂਡ ਸੀ ਉਹਨਾਂ ਦੇ ਕੇਜਰੀਵਾਲ ਨੂੰ ਕਿਹਾ ਕਿ ਅਸੀਂ ਤਾਂ ਅਗਲਾ ਅਗਰ ਤੁਸੀਂ ਪਾਰਟੀ ਨੂੰ ਚਲਾਉਣਾ ਚਾਹੁੰਦੇ ਪੰਜਾਬ ਦੇ ਵਿੱਚ ਅੱਗੇ ਠੀਕ ਤਰੀਕੇ ਨਾਲ, ਫਿਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸੁਖਪਾਲ ਸਿੰਘ ਖਹਿਰਾ ਨੂੰ ਲੀਡਰ ਆਫ ਓਪੋਜੀਸ਼ਨ ਬਣਾਓ ਜੀ। ਇਹ MLAs ਦੇ ਕਹਿਣ ਤੇ, ਕਿਉਂਕਿ 16 MLA ਜਿਹੜੇ ਪੀਆਂ ਚੋਂ ਚੰਡੀਗੜ੍ਹ ਬੈਠੇ ਇੱਕ ਚਿੱਠੀ ਲਿਖ ਕੇ ਕੇਜਰੀਵਾਲ ਨੂੰ ਦਿੱਲੀ ਭੇਜੀ ਸੀ ਮੇਰੇ ਚੋਣ ਹੋਣ ਤੋਂ ਪਹਿਲਾਂ ਜੀ, ਚਲੋ ਫਾਰਮਲੀ ਦਿੱਲੀ ਚੋਣ ਵੀ ਮੈਨੂੰ ਲੀਡਰ ਆਫ ਓਪੋਜੀਸ਼ਨ ਬਣਾ ਦਿੱਤਾ ਗਿਆ, ਮੇਰਾ ਖਿਆਲ ਹੈ ਕਿ ਮੈਂ ਕੋਈ ਹੰਕਾਰ ਨਾ ਸਮਝੋ ਗੁਰਲਾਲ ਜੀ, ਵਰਲਡ ਵਾਈਡ ਲੋਕਾਂ ਨੇ ਮੇਰਾ ਕੰਮ ਮੈਨੂੰ ਇੱਕ ਸਾਲ ਦਾ ਮੌਕਾ ਮਿਲਿਆ, ਇੱਕ ਸਾਲ ਪੋਲੀਟਿਕਸ ਵਿੱਚ ਕੋਈ ਸਮਾਂ ਨਹੀਂ ਹੁੰਦਾ, ਇਟ ਇਜ਼ ਲਾਈਕ ਅ ਵੈਰੀ ਸਮਾਲ ਟਾਈਮ ਇਨ ਪੋਲੀਟਿਕਸ ਜੀ, ਪਰ ਉਸ ਇੱਕ ਸਾਲ ਵਿੱਚ ਆਈ ਟ੍ਰਾਈਡ ਮਾਈ ਬੈਸਟ ਕਿ ਮੈਂ ਆਪਣੀ ਸਟੇਟ ਦੇ ਲੋਕਾਂ ਦੀ ਹਿਫਾਜ਼ਤ ਕਰਾਂ, ਕਰਪਸ਼ਨ ਦੇ ਖਿਲਾਫ਼ ਕਰਾਂ, ਹਰ ਕਿਸਮ ਦੇ ਮਾਫੀਆ ਦੇ ਖਿਲਾਫ਼ ਕਰਾਂ, ਔਰ ਜੋ ਵੀ ਗਲਤ ਕੰਮ ਹੋ ਰਹੇ ਸੀ ਚਾਹੇ ਉਹ ਡਰੱਗ ਦਾ ਹੋ ਰਿਹਾ ਸੀ ਸਭ ਦੇ ਖਿਲਾਫ਼ ਲੜਾਂ, ਔਰ ਇਸ ਦੌਰਾਨ ਇੱਕ ਮਾਈਨਿੰਗ ਸਕੈਂਡਲ ਉੱਭਰਿਆ ਇੰਡੀਆ ਦੇ ਵਿੱਚ ਪੰਜਾਬ 'ਚ, ਜਿਹਦੇ 'ਚ ਇੱਕ ਕੈਬਨਿਟ ਮਿਨਿਸਟਰ ਸੀ ਰਾਣਾ ਗੁਰਜੀਤ ਸਿੰਘ ਜਿਹੜੇ
इरीगेशन मिनिस्टर सी जी और उदा जो उदा उदे करप्शन ते मिसडीड सामने आया मैं लीडर ऑफ ऑपोजिशन सीगा मैं वो तीन चार महीने शायद ज्यादा बहुत जोरदार ढंग ना रिसर्च करके नवे नवे डॉक्यूमेंट्स करके उदा जेड़ा एक्सपोज करके ਉਹ ਬਾਜ਼ਾਰ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੱਢਣਾ ਪਿਆ ਜੀ 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 ਇੱਕ ਪਾਸੇ ਤਾਂ ਮੇਰੀ ਦੁਸ਼ਮਣ ਹੋ ਗਈ ਕੁਝ ਕਾਂਗਰਸ ਦੀ ਜਮਾਤ ਕਿਉਂਕਿ ਸਰਕਾਰ ਉਹਨਾਂ ਦੀ ਸੀਗੀ ਔਰ ਉਹਨਾਂ ਨੇ ਮੈਨੂੰ ਇੱਕ ਫਰਜ਼ੀ ਡਰੱਗਸ ਦੇ ਕੇਸ ਵਿੱਚ ਇੰਪਲੀਕੇਟ ਕਰਤਾ 2017 ਵਿੱਚ ਫਾਜ਼ਿਲਕਾ ਦੀ ਅਦਾਲਤ ਜਿਹੜਾ ਈਡੀ ਨੇ ਚੱਕਿਆ ਆਈ ਰਿਮੈਂਬਰ ਜੀ ਜਿਹੜਾ ਕਾਂਗਰਸ ਨੇ 2017 ਮੇਰੇ ਖਿਲਾਫ ਬਣਾਇਆ ਸੀ ਜੀ ਇੱਕ ਪਾਸੇ ਤਾਂ ਮੇਰੀ ਦੁਸ਼ਮਣ ਜਮਾਤ ਉਹ ਹੋ ਗਈ ਦੂਜੇ ਪਾਸੇ ਕਿਤੇ ਨਾ ਕਿਤੇ ਮੇਰੀ ਆਪਣੀ ਪਾਰਟੀ ਤੋਂ ਉਸ ਕਿਤਾਬ ਆਪਣੀ ਪਾਰਟੀ ਦੇ ਜਿਹੜੇ ਐਮਐਲਏ ਸੀਗੇ ਉਹ ਦਿੱਲੀ ਦੀ ਹਾਈ ਕਮਾਂਡ ਦੇ ਕਹਿਣ ਦੇ ਉੱਤੇ ਉਹ ਬਗਾਵਤੀ ਗੱਲਾਂ ਮੇਰੇ ਖਿਲਾਫ ਕਰਦੇ ਗਰਾਉਂਡ ਤੇ ਉਹਨਾਂ ਨੇ ਜਾਲ ਬੁਲਾਉਣਾ ਸ਼ੁਰੂ ਕਰ ਦਿੱਤਾ ਜੀ ਉਹਨਾਂ ਕਰਦੇ ਸੀਗਾ ਕਿ ਪੰਜਾਬ ਹੋਵੇਗਾ ਕਿ ਕੇਜਰੀਵਾਲ ਨੇ ਵਿਕਰਮ ਜਿੱਥਿਆ ਤੋਂ ਜੋ ਮਾਫੀ ਵੀ ਮੰਗੀ ਸੀ ਨਾ ਜੀ ਦੈਟ ਵਾਸ ਦ ਟਰਨਿੰਗ ਪੁਆਇੰਟ ਆਫ ਆਮ ਆਦਮੀ ਪਾਰਟੀ ਪੋਲਿਟਿਕਸ ਇਨ ਪੰਜਾਬ ਉਹਨਾਂ ਨੇ ਕਿਸੇ ਨੂੰ ਬਗੈਰ ਕੰਫੀਡੈਂਸ ਲਏ ਬਗੈਰ ਕਿਸੇ ਨੂੰ ਦੱਸੇ ਉਹਨਾਂ ਨੇ ਚੁੱਪ ਕੀਤੇ ਜਦੋਂ ਕੇਜਰੀਵਾਲ ਨੇ ਮਾਫੀ ਮੰਗੀ ਬਹੁਤ ਹਾਲਾਤ ਵਿੱਚ ਸਾਰੇ ਪੰਜਾਬ ਸਾਰੇ ਵਿਸ਼ਵ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਸੀ ਜੀ ਬਹੁਤ ਡਿਮੋਰਲਾਈਜ਼ ਹੋਏ ਔਰ ਜਦੋਂ ਅਸੀਂ ਉਸ ਨੂੰ ਕੰਡੈਮ ਕੀਤਾ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਲੀਡਰਸ ਨੇ ਮੈਨੂੰ ਬਾਅਦ ਵਿੱਚ ਦੱਸਿਆ ਗਿਆ ਵਗੈਰਾ ਕਿ ਅਸੀਂ ਤਾਂ ਉਹਨਾਂ ਦੀ ਸਹਿਮਤੀ ਨਾਲ ਕੰਡੈਮ ਕੀਤਾ ਸੀ ਲੇਕਿਨ ਮੈਂ ਉਹ ਜੈਪੁਰ ਨੂੰ ਕੰਡੈਮ ਕੀਤਾ ਕਿ ਇਹ ਕੇਜਰੀਵਾਲ ਨੂੰ ਇਸ ਤਰ੍ਹਾਂ ਦਾ ਕਦਮ ਨਹੀਂ ਜੀ 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 ਨੈਗੇਟਿਵ ਕੰਡੈਮਨੇਸ਼ਨ ਉਹਨਾਂ ਨੂੰ ਬਹੁਤ ਖੂਬੀ ਉਹਨਾਂ ਨੇ ਮਨ ਵਿੱਚ ਗਿਲਾ ਰੱਖਿਆ ਦਾ ਸਪੋਰਟ ਨਿਊ ਲੀਡਰ ਆਫ ਆਪੋਜੀਸ਼ਨ ਅਨਡੈਮੋਕ੍ਰੈਟਿਕ ਤਰੀਕੇ ਨਾਲ ਸ਼ਾਇਦ ਜੁਲਾਈ 2018 ਵਿੱਚ ਟਵਿੱਟਰ ਤੇ ਰਾਹੀਂ ਅੱਜ ਦੇ ਯੁੱਗ ਵਿੱਚ ਜਦੋਂ ਸਾਰਾ ਕੁਝ ਇੰਨਾ ਟ੍ਰਾਂਸਪੇਰੈਂਟ ਹੈ ਟਵਿੱਟਰ ਰਾਹੀਂ ਜਦੋਂ ਕੇਜਰੀਵਾਲ ਨੇ ਉਹਨੂੰ ਲਾਇਆ ਆਈ ਹੈਡ ਮੋਰ ਦਾ ਚੋਇਸ ਮਤਲਬ ਮੈਂ ਕੋਲ ਆਪਣੀ ਬੇਇੱਜ਼ਤੀ ਕਰਾਉਣ ਵਾਸਤੇ ਕਿਸੇ ਪਾਰਟੀ ਦਾ ਬੈਠਾ ਨਹੀਂ ਸੀਗਾ ਜੀ ਉਹ ਆਮ ਆਦਮੀ ਪਾਰਟੀ ਵਿੱਚ ਐਕਚੁਅਲੀ ਥਰੂ ਮੀ ਆਊਟ ਆਫ ਦ ਪਾਰਟੀ ਐਂਡ ਹੇਅਰ ਵੀ ਆਰ ਟੂਡੇ ਔਰ ਆਮ ਆਦਮੀ ਪਾਰਟੀ ਨੇ ਉਸ ਤੋਂ ਬਾਅਦ ਕਿ ਨਹੀਂ ਕਈ ਸੈਲਫ ਪੋਲ ਕੀਤੇ ਨੇ ਔਰ ਤੁਸੀਂ ਦੇਖੋਗੇ ਕਿ ਜਿਹੜੀ ਪਾਰਟੀ 2014 ਚਾਰ ਐਮ ਪੀ ਚਲਾਉਂਦੀ ਹੈ 2017 ਦੀ ਐਮ ਪੀ ਤੇ ਜਿੱਤੇ ਨੇ 2019 ਚ ਉਹਦਾ ਵੋਟ ਬੈਂਕ 25% ਤੋਂ ਸ਼੍ਰਿੰਕ ਕਰਕੇ 7 ਪੈਸੇ ਰਹਿ ਗਿਆ ਹੁਣੇ ਮਿਊਨਸੀਪੈਲਿਟੀਆਂ ਇਲੈਕਸ਼ਨਾਂ ਹੋ ਜਾਂਦੀਆਂ ਨੇ ਪੰਜਾਬ 'ਚ ਉਹਦੇ ਵਿੱਚ ਉਹਨਾਂ ਦਾ ਵੋਟ ਬੈਂਕ ਜਿਹੜਾ ਕਿ 3 ਪੈਸੇ ਬਣ ਕੇ ਰਹੇਗਾ ਸੋ ਆਈ ਵੁੱਡ ਓਨਲੀ ਸੇ ਕਿ ਸਾਰਾ ਉਹਨਾਂ ਨੇ ਆਪ ਹੀ ਘਟਨਾ ਕਰਨ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਆਪਣੇ ਪੈਰਾਂ 'ਤੇ ਆਪ ਤੁਹਾਡੀ ਮਾਰੀ ਮੇਰਾ जी खैरा साहब एक क्विक क्वेश्चन ये लैके आप छोटी जी ब्रेक लवेंगे क्विक क्वेश्चन है देर इज़ नो इशू बिटवीन यू एंड फूलका साहब लोगों के क्वेश्चन है फूलका साहब एंड यू देर इज़ नो नो हार्ड इशूज बिटवीन बोथ ऑफ यू राइट नॉट एट ऑल आई हैव लॉट ऑफ रिस्पेक्ट फॉर फूलका जी ने जो एक बार कहता कि मैं बिल्कुल पॉलिटिकल मेनस्ट्रीम से बाहर हो गया हूं जी मैं धार्मिक गल्लां जो है पंजाब के जो ਅਸੀਂ ਜੈਨੋਸਾਈਡ ਦੇ ਕੇਸ ਵਿੱਚ ਮੋਟ ਫੈਕਟ ਆਈ ਹੈਵ ਨਥਿੰਗ ਐਟ ਆਲ ਇਨਫੈਕਟ ਮੈਂ ਤਾਂ ਉਹਨਾਂ ਦੀ ਹਮੇਸ਼ਾ ਰਿਸਪੈਕਟ ਕਰਦਾ ਮੇਰਾ ਜਦੋਂ ਈਜੀ ਦੇ ਕੇਸ ਹੋਇਆ ਹੋਣੇ ਪਿੱਛੇ ਜੇ ਉਹਨਾਂ ਨੇ ਹਿਮਤ ਵਨ ਆਫ ਦਾ ਫਿਊ ਗੁੱਡ ਫਰੈਂਡਸ ਜੀ ਨੂੰ ਕਾਲ ਕਰਕੇ ਪੁੱਛਿਆ ਕਿ ਕੋਈ ਮਦਦ ਕਰ ਸਕਦੇ ਹਾਂ ਜੀ ਜੀ ਈਜੀ ਦੇ ਖਿਲਾਫ ਅਸੀਂ ਮੈਂ ਉਹਨਾਂ ਨੂੰ ਜੋ ਵੀ ਕਹਿ ਸਕਦਾ ਸੁਣ ਲਿਖਿਆ ਸੋ ਇਸ ਕਰਕੇ ਈਜੀ ਦਾ ਗੁੱਡ ਫਰੈਂਡ ਆ ਮਾਈਨ ਤੇ ਉਹਨਾਂ ਦਾ ਰਿਸਪੈਕਟ ਕਰਦਾ ਨੋ ਖੈਰਾ ਸਾਹਿਬ ਤੁਹਾਡੇ ਬਹੁਤ ਵੈਲਵਿਸ਼ਰਸ ਨੇ ਇੱਥੇ ਵੀ ਈਵਨ ਮੈਂ ਦੇਖਿਆ ਪੰਜਾਬ 'ਚ ਆਪਾਂ ਪਾਰਟੀ ਵਾਜੀ ਨੂੰ ਛੱਡ ਕੇ ਬਹੁਤ ਲੋਕਾਂ ਨੇ ਫਿਕਰ ਕੀਤਾ ਮੈਂ ਉਹਨਾਂ ਦੀ ਸਾਰਿਆਂ ਦੀ ਸਟੇਟਮੈਂਟਾਂ ਪੜ੍ਹਦਾ ਰਹਿੰਦਾ ਅੱਡ ਅੱਡ ਪਾਰਟੀ ਅੱਡ ਅੱਡ ਬੰਦਿਆਂ ਦੇ ਨਾਲ ਆਪਾਂ ਕਾਹ ਤੋਂ ਲੈਣੇ ਇਸ ਟਾਈਮ ਖੈਰਾ ਸਾਹਿਬ ਮੈਨੂੰ ਸਿਰਫ 2 ਮਿੰਟ ਦਿਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਕੇ ਦੁਬਾਰਾ ਜੁੜਦੇ ਹਾਂ ਦਰਸ਼ਕੋਏ ਨੇ ਸਰਦਾਰ ਸੁਖਪਾਲ ਸਿੰਘ ਖੈਰਾ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਆਪਾਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਣਾ ਪੈ ਰਿਹਾ ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਹੈ ਤੁਹਾਡਾ ਗੁਰਲਾਲ ਆਪਣੇ ਨਾਲ ਜੁੜੇ ਹੋਏ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ MLA ਪੁਲੱਥ ਪੰਜਾਬ ਅਤੇ ਬਹੁਤ ਸੋਹਣਾ ਐਲੈਬੋਰੇਸ਼ਨ ਕਰ ਰਹੇ ਨੇ ਹਰ ਇਸ਼ੂ 'ਤੇ ਆਪਾਂ ਨਾਲ ਫਿਰ ਸਵਾਗਤ ਕਰਦੇ ਸਵਾਗਤ ਜੀ ਖਹਿਰਾ ਸਾਹਿਬ ਤੁਹਾਡਾ ਫੇਰ ਅਤੇ ਆਪਾਂ ਅੱਗੇ ਵੱਧਦੇ ਹਾਂ ਇੱਕ ਛੋਟਾ ਜਿਹਾ ਕੁਐਸਚਨ ਆਮ ਆਦਮੀ ਪਾਰਟੀ ਲੱਗ ਕੇ ਫਿਰ ਆਪਾਂ ਦੂਜੇ ਸੈਗਮੈਂਟ 'ਚ ਜਾਂਦੇ ਹਾਂ ਇੱਕ ਧਾਰਨਾ ਬਣੀ ਹੋਈ ਕਿ ਅਰਵਿੰਦ ਕੇਜਰੀਵਾਲ ਖਹਿਰਾ ਸਾਹਿਬ ਕਹਿੰਦੇ ਕਿ ਡਿਕਟੇਟਰ ਨੇ ਔਰ ਇੱਕ ਪਾਸੇ ਹੈ ਕਿ ਨਹੀਂ ਉਹਨਾਂ ਕੋਲ ਜੋ ਇਨਫੋਰਮੇਸ਼ਨ ਪਹੁੰਚਦੀ ਹੈ ਬੇਸਡ ਅਪੋਨ ਦਿਸ ਉਹ ਡਿਸੀਜਨ ਲੈ ਲੈਂਦੇ ਨੇ ਇਹਨਾਂ ਦੋਨਾਂ 'ਚੋਂ ਕਿਹੜੀ ਸੱਚਾਈ ਹੈ ਜੀ ਦੇਖੋ ਇੱਕ ਗੱਲ ਤਾਂ ਜਿਹੜਾ ਹੈਗਾ ਵਾ ਉਹਦਾ ਡਿਕਟੇਟਰਸ਼ਿਪ ਦਾ ਚਿਹਰਾ ਜਿਹੜਾ ਮੈਂ ਨਹੀਂ ਕਹਿ ਰਿਹਾ ਤੁਸੀਂ ਇਹ ਦੇਖੋ ਕਿ ਜਿਹਨਾਂ ਲੋਕਾਂ ਨੇ ਪਾਰਟੀ ਨੂੰ ਸੈਟਅਪ ਕੀਤਾ ਪ੍ਰਸ਼ਾਦ ਭੂਸ਼ਣ ਜੀ ਔਰ ਜਿਹਦੇ ਉੱਥੇ ਟੌਪ ਦੇ ਲਾਇਰਸ ਜਿਹਨੇ ਮੈਂ ਯੁਗੇਂਦਰ ਯਾਦਵ ਆਪਣੇ ਪਾਰਟੀ ਚ ਕੰਟਰੀਬਿਊਟ ਕੀਤਾ ਸੀ ਯੁਗੇਂਦਰ ਯਾਦਵ ਜੀ ਡਾਊਨ ਦਾ ਲਾਈਨ ਤੇ ਪੰਜਾਬ ਦੇ ਅੱਗੇ
जिस तरह आदमी की यूटिलिटी खत्म होती गई उस तरह पार्टी यूज करके सपोर्ट कर देगी, चाहे वह गांधी से वेल मीनिंग पर्सन है, चाहे वह सुच्चा सिंह छोटे को चाहे वो यूटी धूबी सी। तो कितने ना कितने कल मैं जरूर दावेदा कह सकता कि अरविंद केजरीवाल डज नॉट लाइक स्टेट टॉक, वो सामने बैठ के टक टक मार के बंदा गल करे वो बिल्कुल अच्छा नहीं समझता। तो मेरा ख्याल है रूटीन इंडियन पॉलिटिशियन का जो खुशामद चाहते हैं जिन्हें की कहते हैं कि हर वक्त चाहते हैं कि जरा मेरी सबसर्वियंट रहे। जोत सिद्धू का सीना जी होया केजरीवाल का जोरदार सितारा है, याद करो नवजोत सिद्धू ने बार बार यही कहा कि ये कभी भी उस आदमी को जगह नहीं देगा जो इसके साथ नाम का हाथ डाल के बात कर सके। इस करके ये जो उनका डिक्टेटोरियल एक्ट रहेगा ये मतलब बैक रिकॉर्ड दसता, इस करके मैं तो हूँ उन्होंने तो बाहर है अपने गल अच्छी तरह देखो कि आम आदमी पार्टी ने जो गोल्डन अपॉर्चुनिटी मिली सी 2014 च 2017 च प्रिंसिपल ऑपोजिशन की उसने उस प्लेटफॉर्म को ठीक यूज किया। अगर तुम लगता कि उन्होंने बिल्कुल ठीक यूज किया आई एम रॉन्ग, बट मेरा एक कमिटेड व्यू आ कि वो बहुत ज़्यादा कोई इंडिपेंडेंट बंदे अपनी पार्टी में चाहते ही नहीं। जी 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 खैर साहब तुसीं बड़ा अच्छा किया, मैं तुहाडे नाल एक क्वेश्चन पूछ रहा हूँ। आप इस सैगमेंट तो बाहर आने हैं, इस सैगमेंट तो बाहर आके जो है खैरा साहब तुहाडे नाल गल करदा कि आप 2022 ते चले जाने उस तो बाद किसान मुद्दे ते आवांगे। बहुत सारे का क्वेश्चन ये है कि आप कुछ नाम लूँगा मैं वीर दविंदर सिंह सरदार जगमीत सिंह बराड़ आप उन्होंने जो उन्होंने सीनियोरिटी साहब ने एक बार पासे भी रख दिए तो अज दी राजनीति दे विच चार पांच बंदे मैं तुहानू गिणाऊंगा जिन्हां दे चेहरे ते जिन्हां दे उपर कोई दाग नहीं है उन्हां दे दामन ते, ना कैरेक्टर दा ना करप्शन दा कोई भी, बड़े इंटलैक्चुअल बंदे हैं। दैट स्टार्ट्स विथ यू सुखपाल सिंह खहरा, सरदार नवजोत सिंह सिद्धू, धर्मवीर गांधी एंड प्रगट सिंह। मैं नहीं पता तुहाडे उन्हां नाल की रिलेशन जिदा है, सरदार प्रगट सिंह दो तीन होर ने, मैं होर नाम लै सकदा कि तुसी सारे मिलके मूव फॉरवर्ड करो कि 2022 दे विच आ जिहड़ा ट्रेंड चल रहा कि श्रोमणी अकाली दल कांग्रेस इहनू तोड़ के तुसी बंदे इकट्ठे हो के अगली रणनीति तय करके कि जिहड़ी गवर्नमेंट फॉर्म करो ते पंजाब दा भला हो सके। देखो जिहड़े लोग अगेन मैं कहना चाहुंदा जिहड़े दोस्त वॉच करदे ने पंजाब पॉलिटिक्स, यकीन करना कि 2019 की लोकसभा तो पहला भी तो लोकसभा तो बाद भी जी मैं बड़ा यत्न किया कि आप एक डिजिटल पार्टी क्रिएट करिए जी पंजाब सेंट्रिक होगी जिन्होंने दिल्ली वाल झकना ना पड़े। और जो नाम लै ने नवजोत सिद्धू ना डायरेक्टली तो मेरी भी गल हो सकी, लेकिन डॉक्टर धर्मवीर गांधी ना सुच्चा सिंह छोटे को ना टू सम एक्सटेंट जैस ब्रदर्स का, और जो ढींसा साहब ने अकाली दल प्रधान सिंह ढींसा नाल असी काफ़ी मीटिंगा कीतियां ब्रह्मपुरा साहब नाल, मैं इन्हों यही यत्न किया सबू समझाने का कि आप छोटी छोटी पार्टियां जी बनाई ने सारिया करिए भंग पंजाब एक डिजिटल पार्टी तैयार करिए जी पंजाब की धरती तो चले। और गुरलाल जी डिजिटल पार्टी साढ़े को बहुत अच्छी सी, डिजिटल पार्टी बनाने की जरूरत नहीं, अगर श्रोमणी अकाली दल निरपक्ष सत्ता हाथ रहा अगर वो डेमोक्रेटिक तरीके चलता कोई रीजनल पार्टी की जरूरत नहीं सी, क्योंकि श्रोमणी अकाली दल साढ़े पुरखिया ने गुरद्वारा जी आजादी के तहत एक पैदा हुई पार्टी 100 साल दूर की पार्टी है सबू कोई लोड़ नहीं सी, पर जो भी बादल के परिवार के हाथ पार्टी आई जिस ढंग उन्होंने दर्जा जिस ढंग ने एस सी पी सी को भी पूछा जिस ढंग ने अकाली तख्त साहब का दुरुपयोग किया जिस ढंग ने अपने वोटों के खातर डेरा सच्चा सौदा के नाल जो समझौते किए जो उन्होंने होमपुरा में उन्होंने हक चुवाए जो उन्होंने मुकदमे बठिंडा की सैशन कोर्ट के गोलदार 12 तो गुरु गोबिंद सिंह जी के पोशाक वाला वापस लिया उन्होंने अपनी सारी जी सीना जी आइडियोलॉजिकल जी विचारधारक उन्होंने जो रोडमैप सारा गवा लिया उस बाद बीजेपी के साथ आर्टिकल 370 एक पास तुम कहते खत्म हो गई
जी खैरा साहब एक छोटा जिहा क्वेश्चन है उस तो बाद आप किसान अंदोलन नाल बदांगे अपने नाल कालर भी एक जुड़ गए ने आप एक छोटा जिहा क्वेश्चन ये है कि 2022 नूं देख के तुहाडी आपदी जिहड़ी कॉन्स्टिट्यूएंसी है पुलथ राणा गुरजीत सिंह नाल जो भी इशू है कोई थ्रैट महसूस कर रहे हो तुसीं पुलथ कॉन्स्टिट्यूएंसी चों उस तरफ तों ਨੇ ਦੇਖੋ ਇਹ ਪੋਲਿਟਿਕਸ ਵਿੱਚ ਨਾ ਜੀ ਲਾਰਜਰ ਗੇਮ ਵਿੱਚ ਇੰਡੀਵਿਜੂਅਲਸ ਮੈਟਰ ਨਹੀਂ ਕਰਦੇ ਰਾਈਟ ਕੌਣ ਕੀ ਕਰ ਰਿਹਾ ਇਹ ਤਾਂ ਜੋ ਅਰਸੇ ਤੋਂ ਮੇਰੇ ਖਿਲਾਫ ਆਪਣਾ ਕੰਮ ਕਰ ਰਹੇ ਨੇ ਡਸ ਮੈਟਰ ਇਟ ਡੋਨਟ ਬਾਦਰ ਅਬਾਊਟ ਪੋਲਿਟਿਕਸ ਵਿੱਚ ਲਾਰਜਰ ਤਸਵੀਰ ਲੋਕਾਂ ਨੇ 2022 ਪੰਜਾਬ ਦੇ ਭਵਿੱਖ ਨੂੰ ਦੇਖ ਕੇ ਜਿਹੜੇ ਕਰੰਟ ਇਸ਼ੂਜ਼ ਨੇ ਦੇਖ ਕੇ ਉਹਨਾਂ ਨੂੰ ਮੋਟਾ ਪਾਉਣੀਆਂ ਚਾਹੇ ਉਹ ਗੱਲ ਸਾਹਿਬ ਬੇਦਬੀ ਦਾ ਮਾਮਲਾ ਵਾ ਬੈਬਲ ਕਤਲਕਾਂਡ ਦਾ ਮਾਮਲਾ ਵਾ ਚਾਹੇ ਉਹ ਕਿਸਾਨਾਂ ਦੇ ਨਾਲ ਹੋ ਰਹੀ ਦੁਰਦਸ਼ਾ ਜੋ ਸਾਡੇ ਨਾਲ ਬਦਲਾ ਕੁਰਤੀ ਰਾਜਨੀਤੀ ਨਾਲ ਦਿੱਲੀ ਦਾ ਤੱਕ ਕੰਮ ਕਰ ਰਹੇ ਹਾਂ ਜਾਂ ਜਿਹੜੀ ਮਾਲ ਐਡਮਿਨਿਸਟ੍ਰੇਸ਼ਨ ਹੋਈ ਪੰਜਾਬ ਦੇ ਵਿੱਚ ਜੋ ਕਰਪਸ਼ਨ ਚੱਲੀ ਜੋ ਕੁਛ ਹੋਇਆ ਪਹਿਲਾਂ 10 ਸਾਲ ਗੱਲ ਨੇ ਲੁੱਟਿਆ ਇਹ ਸਾਰੇ ਇਸ਼ੂ ਨੂੰ ਲੈ ਕੇ ਲੋਕਾਂ ਨੇ ਵੋਟ ਪਾਈਆਂ ਆਈ ਡੋਂਟ ਥਿੰਕ ਕਿ ਕਿਸੇ ਕੰਸਟੀਟੂਐਂਸੀ ਨੂੰ ਆਪਾਂ ਆਈਲੈਂਡ ਕਰ ਸਕਦੇ ਕਿ ਇਹ ਅਲੱਗ ਟਾਪੂ ਆ ਇਸ ਕਰਕੇ ਮੈਨੂੰ ਤਾਂ ਲੱਗਦਾ ਕਿ ਮੈਂ ਆਪਣੀ ਇਮਾਨਦਾਰੀ ਨਾਲ ਪੰਜਾਬ ਦੇ ਹਰ ਇਸ਼ੂ ਨੂੰ ਟੱਚ ਕੀਤਾ ਹੈ ਆਈ ਟਾਕਡ ਅਬਾਊਟ ਯੁਆਪਾ ਲਾਅ ਰਾਈਟ ਕਿਸੇ ਪੰਜਾਬ ਦੇ ਪੋਲੀਟੀਸ਼ੀਅਨ ਨੇ ਯੁਆਪਾ ਦੇ ਖਿਲਾਫ ਗੱਲ ਨਹੀਂ ਕਿਸੇ ਨੇ ਜੀ ਮੈਂ ਪਿੰਡਾਂ ਵਿੱਚ ਜਾ ਕੇ ਗਰੀਬ ਦਲਿਤ ਬੱਚੇ ਬਿਲਕੁਲ ਜਿਹੜੇ ਬੇਗੁਨਾਹ ਸੀਗੇ ਜਿਹੜੇ ਬੇਚਾਰੇ ਆਪਣੇ ਵਕੀਲ ਵੀ ਖੜਾ ਨਹੀਂ ਕਰ ਸਕਦੇ ਸੀ ਉਹਨਾਂ ਲੋਕਾਂ ਨੂੰ ਦੁਆਬਾ ਦੇ ਤਹਿਤ ਜਾ ਕੇ ਉਹਨਾਂ ਦੀ ਮਦਦ ਕੀਤੀ ਆਪਣੇ ਵਕੀਲ ਖੜੇ ਕੀਤੇ ਉਹਨਾਂ ਨੂੰ ਛੁਡਾਇਆ ਜਿਹੜੀ ਆਪਣੀ ਕੰਸਟੀਟੂਐਂਸੀ ਭਾਰਤ ਵਿੱਚ ਇੱਕ ਜੋਗਿੰਦਰ ਸਿੰਘ ਗੁੱਜਰ ਹਾਲਾਂਕਿ ਉਹ ਲਵਾਣਾ ਬਰਾਦਰੀ ਨਾਲ ਸੰਬੰਧ ਰੱਖਦੇ ਨੇ ਉਹ ਜਗੀਰਕੋਟ ਦੇ ਸਪੋਰਟਰ ਰਹੇ ਨੇ ਇਟਲੀ ਤੋਂ ਆਏ ਸੀਗੇ ਜੀ ਦੁਆਬਾ ਚ ਕੋਈ ਕਰਤਾ ਆਈ ਵੈਂਟ ਦੇਅਰ ਮੈਂ ਉਹਨਾਂ ਦੀ ਪੂਰੀ ਮਦਦ ਕਰਕੇ ਉਹਨਾਂ ਨੂੰ ਉਸ ਜੇਲ੍ਹ ਚੋਂ ਕਢਾਇਆ ਸੋ ਇਸ ਕਰਕੇ ਜਦੋਂ ਮੈਂ ਕੋਈ ਇਸ਼ੂ ਉਠਾ ਰਿਹਾ ਆਈ ਡੋਂਟ ਕੰਸੀਡਰ ਆਈ ਡੋਂਟ ਥਿੰਕ ਅਬਾਊਟ ਵੋਟਸ ਰਾਈਟ ਗ੍ਰੀਤ ਸਿੰਘ ਦਿੱਤਵਾ ਉੱਤਰ ਪ੍ਰਦੇਸ਼ ਦਾ ਮਸਲਾ ਰੁਦਰਪੁਰ ਜਾ ਕੇ ਉੱਤਰਪੁਰ ਜਾ ਕੇ ਉਠਾਉਣਾ ਮੈਂ ਰੁਦਰਪੁਰ ਤੋਂ ਤਾਂ ਇਲੈਕਸ਼ਨ ਲੜਨੀ ਨਹੀਂ ਸੀ
ਇਸ ਕਰਕੇ ਮੇਰਾ ਸਿਸਟਮ ਬੋਲਦੀ ਹੈਗਾ ਕਿ ਕਿਤੇ ਵੀ ਗਲਤ ਗੱਲ ਹੋਵੇ ਜਿਹੜੀ ਮੇਰੀ ਕੌਨਸ਼ੀਅੰਸ ਨੂੰ ਹਰਟ ਕਰਦੀ ਹੈ ਆਈ ਵਿਲ ਡੈਫੀਨਿਟਲੀ ਅਪੀਲ। ਠੀਕ ਹੈ ਖੇਰਾ ਸਾਹਿਬ, ਆਪਾਂ ਲਾਸਟ ਸੈਗਮੈਂਟ ਕਿਸਾਨ ਅੰਦੋਲਨ ਤੇ ਆਉਂਦੇ ਹਾਂ ਤੇ ਇੱਕ ਕਾਲਰ ਵੀ ਜੁੜੇ ਹੋਏ ਨੇ, ਸਿਰਫ ਇੱਕ ਜਾਂ ਡੇਢ ਮਿੰਟ ਦਿਓ, ਛੋਟੀ ਜਿਹੀ ਬ੍ਰੇਕ ਲੈ ਕੇ ਦੁਬਾਰਾ ਜੁੜਦੇ ਹਾਂ। ਦਰਸ਼ਕ ਹੋਏ ਨੇ ਸਰਦਾਰ ਸੁਖਪਾਲ ਸਿੰਘ ਖੇਰਾ ਸਾਡੇ ਨਾਲ ਜੁੜੇ ਹੋਏ, ਆਪਾਂ ਨੂੰ ਰੁਕਣਾ ਪਰ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਹੀ ਮਿਲ ਰਹੇ ਹੋ ਜਸ ਪੰਜਾਬੀ ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ, ਮੈਂ ਤੁਹਾਡਾ ਗੁਰਲਾਲ ਫੇਰ ਹਾਜ਼ਰ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜੇ ਹੋਏ ਨੇ ਸਰਦਾਰ ਸੁਖਪਾਲ ਸਿੰਘ ਖੇਰਾ। ਖੇਰਾ ਸਾਹਿਬ ਸਵਾਗਤ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ। ਖੇਰਾ ਸਾਹਿਬ ਛੋਟਾ ਜਿਹਾ ਕੁਐਸਚਨ, ਉਸ ਤੋਂ ਬਾਅਦ ਆਪਣੇ ਨਾਲ ਕਾਲਰ ਜੁੜੇ, ਆਪਦੇ ਬੈਟਰ ਫਿਊਚਰ ਲਈ, ਪੰਜਾਬ ਦੇ ਬੈਟਰ ਫਿਊਚਰ ਲਈ ਤੁਸੀਂ ਕੰਸੀਡਰ ਕਰ ਰਹੇ ਹੋ ਦੁਬਾਰਾ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਕੋਈ ਕਨੈਕਸ਼ਨ ਬਣਾਉਣ ਦੀ, ਜਾਣ ਦੀ, ਕੀ ਕਿਤੇ ਨਾ ਕਿਤੇ ਕੋਈ ਗੱਲ ਚੱਲ ਰਹੀ? ਦੇਖੋ ਗੁਰਲਾਲ ਜੀ, ਦੋ ਤਰ੍ਹਾਂ ਦਾ ਆਪਸ਼ਨ ਆ ਮੇਰੇ ਕੋਲ। ਜੇ ਤਾਂ ਮੈਂ ਫ੍ਰੀਲਾਂਸ ਪੋਲਿਟਿਕਸ ਕਰਦੀ ਹਾਂ, ਮਤਲਬ ਮੈਂ ਕਿਸੇ ਪਾਰਟੀ ਦਾ ਪੰਜਾਬ ਦੇ ਲੋਕਾਂ ਦੇ ਚੂਸ ਟੱਚ ਕਰਨਾ ਤੇ ਇਲੈਕਟੋਰਲ ਪੋਲਿਟਿਕਸ ਵਿੱਚ ਨਹੀਂ ਜਾਣਾ, ਜੀ ਕੰਟੀਨਿਊ ਟੂ ਡੂ ਵਾਟਐਵਰ ਆਈ ਵਾਂਟ। ਮੈਨੂੰ ਕੋਈ ਰੋਕਦਾ ਨਹੀਂਗਾ, ਮੈਂ ਜਿੱਥੇ ਵੀ ਜਾਵਾਂ ਬਿਆਨ ਦੇਵਾਂ, ਆਵਾਂ, ਮੇਰੇ ਦੇ ਕੇਸਿਸ ਤੋਂ ਮੈਂ ਡਿਫੈਂਡ ਕਰਾਂ। ਪਰ ਜੇ ਮੈਂ ਇਲੈਕਟੋਰਲ ਪੋਲਿਟਿਕਸ ਵਿੱਚ ਰਹਿਣਾ, ਜਿਹੜਾ ਕਿ ਇਲੈਕਟੋਰਲ ਪੋਲਿਟਿਕਸ ਵਿੱਚ ਇੰਡੀਅਨ ਸਿਸਟਮ ਦੇ ਵਿੱਚ ਦਰਦਾ ਹੈ, ਤੁਸੀਂ ਚੋਣ ਪ੍ਰਣਾਲੀ ਵਿੱਚ ਨਹੀਂਗੇ, ਤੁਸੀਂ ਇਰਰੈਲੀਵੈਂਟ ਹੋ ਜਾਂਦੇ। ਤੁਸੀਂ ਕੁਝ ਬੰਦਿਆਂ ਦੇ ਨਾਮ ਲੈ ਕੇ ਉਹਨਾਂ ਦਾ ਸਤਿਕਾਰ ਕਰਦਾ ਵਾਂ, ਉਹ ਇਸ ਲਈ ਇਰਰੈਲੀਵੈਂਟ ਹੋਏ ਨੇ ਕਿਉਂਕਿ ਉਹ ਇਲੈਕਟਡ ਪ੍ਰੋਸੈਸ ਤੋਂ ਬਾਹਰ ਹੋ ਗਏ ਨੇ। ਇਸ ਕਰਕੇ ਇਲੈਕਟਡ ਪ੍ਰੋਸੈਸ ਵਿੱਚ ਰਹਿਣ ਵਾਸਤੇ ਆਈ ਵਿਲ ਹੈਵ ਟੂ ਡਿਸਾਈਡ ਮਾਈ ਕੋਰਸ ਆਫ ਐਕਸ਼ਨ, ਮੇ ਬੀ ਵਿਦ ਇਨ ਦਾ ਨੈਕਸਟ ਅਬਾਊਟ 3-4 ਮੰਥਸ, ਬਿਕੋਜ਼ ਦੋਜ਼ ਆਰ ਬਾਈ ਬਹੁਤ ਫਾਸਟ ਅਪਰੋਚਿੰਗ ਆ ਜੀ। ਇਸ ਲਈ ਪਹਿਲੀ ਆਪਸ਼ਨ ਇਹੀ ਆ ਸਭ ਦੀ ਕਿ ਅਸੀਂ ਇੱਕ ਅਲਟਰਨੇਟਿਵ ਤਿਆਰ ਕਰ ਸਕੀਏ ਪੰਜਾਬ ਦੀ। ਅਗਰ ਅਲਟਰਨੇਟਿਵ ਕਾਰ ਨਾ ਹੋ ਸਕਿਆ, ਦੈਨ ਆਈ ਵਿਲ ਥਿੰਕ ਅਬਾਊਟ ਅਦਰ ਆਪਸ਼ਨ। ਠੀਕ ਹੈ, ਆਪਣੇ ਕਾਲਰ ਜੁੜ ਗਏ ਤੇ ਉਹਨਾਂ ਦਾ ਕੁਐਸਚਨ ਲੈ ਕੇ ਤੇ ਆਪਾਂ ਕਿਸਾਨ ਅੰਦੋਲਨ ਤੇ, ਆਪਣੇ ਕੋਲ ਜ਼ਿਆਦਾ ਟਾਈਮ ਨਹੀਂ ਰਹਿ ਗਿਆ। ਹਾਂਜੀ ਬਾਜਵਾ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਖੇਰਾ ਸਾਹਿਬ ਜੁੜੇ ਹੋਏ ਨੇ, ਕੋਈ ਕੁਐਸਚਨ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਗੁਰਲਾਲ ਜੀ। ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ। ਔਰ ਸਤਿ ਸ਼੍ਰੀ ਅਕਾਲ ਸੁਖਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਇੱਕ ਦੋ ਸਵਾਲ ਹੈ, ਜਿਵੇਂ ਇਹਨਾਂ ਨੇ ਦੱਸਿਆ ਵੀ ਜਿਹੜੀ ਬੇਅਦਬੀ ਸੀ ਉਹਦੇ ਤੇ ਕੋਈ ਨਹੀਂ ਲੱਭਿਆ, ਮੇਰਾ ਤੇ ਕਿਹਨਾਂ ਦਾ ਸੁਝਾਅ ਹੈ, ਮੈਂ ਇਹਨਾਂ ਦਾ ਵਿਚਾਰ ਜਾਣਨਾ ਚਾਹੁੰਦਾ। ਅਗਰ ਮੈਂ ਅਪੋਜੀਸ਼ਨ ਪਾਰਟੀਆਂ ਦਾ ਕੋਈ ਨਾਲ ਇਹਨਾਂ ਨਾਲ ਸਲਾਹਕਾਰ ਹੋਵਾਂ ਤਾਂ ਸਾਨੂੰ ਤਾਂ ਇਹ ਪ੍ਰਾਪੇਗੰਡਾ ਕਰਨਾ ਚਾਹੀਦਾ ਬਈ ਅਕਾਲੀ ਦਲ ਵੀ ਇਹਦੇ 'ਚ ਫੇਲ ਹੋਇਆ, ਜਿਨ੍ਹਾਂ ਦੇ ਟਾਈਮ 'ਚ ਹੋਈ ਉਹ ਨਹੀਂ ਫੜ ਸਕੇ, ਦੂਜੇ ਜਿਹੜੇ ਕਾਂਗਰਸ ਵਾਲੇ ਉਹ ਫੜਨ ਦਾ ਵਾਅਦਾ ਕਰਕੇ ਆਏ, 4 ਸਾਲ ਉਹਨਾਂ ਨੇ ਵੀ ਲਗਾ ਤੇ, ਅਤੇ ਇਹ ਉਹਨਾਂ ਦੋਨਾਂ ਪਾਰਟੀਆਂ ਨੂੰ ਅਤੇ ਉਹਨਾਂ ਨੂੰ ਨਕਾਰ ਦੇਣਾ ਚਾਹੀਦਾ। ਉਹਨਾਂ ਨੂੰ ਕਹੋ ਜੀ ਇਸ ਮੁੱਦੇ 'ਤੇ ਕੋਈ ਗੱਲ ਨਾ ਕਰੋ, ਬਾਕੀ ਜਿਹੜੇ ਲੋਕਲ ਇਸ਼ੂਜ਼ ਹੈ ਉਹ ਲਿਆਓ ਅਤੇ ਇਲੈਕਸ਼ਨ ਦੇ ਅੱਗੇ ਚੱਲੋ, ਕਿਉਂਕਿ ਉਹਨਾਂ ਦੀ ਚਾਲ ਹੈ, ਇਹ ਅਪੋਜੀਸ਼ਨ ਉਹ 'ਚ ਫਸੀ ਹੈ। ਨੰਬਰ 2, ਇੱਕ ਮੈਨੂੰ ਬੜਾ ਕੰਸਰਨ ਹੈ ਬਈ ਜਿਹੜੀ ਅੱਜ ਅਪੋਜੀਸ਼ਨ ਹੈ ਪੰਜਾਬ ਦੀ ਉਹ 2017 ਨਾਲੋਂ ਵੀ ਜ਼ਿਆਦਾ ਡਿਸਇੰਟੀਗ੍ਰੇਟ ਹੋ ਗਈ ਹੈ। ਉਦੋਂ ਤਾਂ ਇਕੱਲੀ ਇੱਕ ਆਪ ਸੀਗੀ, ਔਰ ਹੁਣ ਇਹ ਬਹੁਤ ਜ਼ਿਆਦਾ ਜਿਹੜੀਆਂ ਹੈ ਇਹ ਅੱਗੇ ਹੋਰ ਆ ਗਈਆਂ। ਸੋ ਇਹਨਾਂ ਨੂੰ ਕਿਸੇ ਵਿਚਾਰ ਵਿੱਚ ਕਰਕੇ ਵੀ ਇਹਨਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਔਰ ਉਹਦੇ ਵਿੱਚ ਇੱਕ ਹੈ, ਜਦੋਂ ਪਿਛਲੀ ਵਾਰੀ ਆਮ ਜਦੋਂ ਇਲੈਕਸ਼ਨ ਹੁੰਦੀਆਂ ਸੀ, ਜਿਹੜੀ ਮੈਜੋਰਟੀ ਪਾਰਟੀ ਸੀ ਉਹ ਕੋਈ 60-62 ਸੀਟਾਂ ਲੈਂਦੀ ਸੀ, ਔਰ ਜਿਹੜੀ ਅਪੋਜੀਸ਼ਨ ਹੋਇਆ ਕਰਦੀ ਉਹ 40-45 ਹੁੰਦੀ ਸੀ। ਪਿਛਲੀ ਵਾਰੀ ਜੇ ਦੇਖਿਆ ਜਾਏ ਆਪ ਦੀ ਬੜੀ ਚੜ੍ਹਾਈ ਸੀਗੀ, ਪਰ ਅਕਾਲੀਆਂ ਨੇ ਜਿਹੜੇ ਸਾਰੇ ਵੋਟ ਸੀਗੇ ਉਹ ਕਾਂਗਰਸ ਨੂੰ ਪਾਤੇ, ਜੱਗ ਜ਼ਾਹਰ ਗੱਲ ਹੈ, ਕਿਉਂਕਿ ਵਰਨਾ 80 ਸੀਟਾਂ ਉਸ ਹਾਲਾਤ 'ਚ ਲੈਣੀਆਂ ਬਹੁਤ ਔਖੀਆਂ ਸੀ। ਔਰ ਲਾਸਟ ਇਹਨਾਂ ਵਾਸਤੇ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਅਕਾਲੀ ਅਤੇ ਕਾਂਗਰਸ ਦੀ ਚਾਲ ਦੇ ਵਿੱਚ ਇਹ ਜਿਹੜੀ ਆਪ ਹੈ ਇਹਨਾਂ ਨੂੰ ਕੇਜਰੀਵਾਲ ਦਾ ਬਹਾਨਾ ਦੇ ਕੇ ਦੇਖੋ ਜੀ ਉਹ ਪੰਜਾਬ ਵਿੱਚ ਸਾਡੇ ਉਹ ਕਰਦੇ ਹੈ, ਇੰਟਰਫੀਅਰ ਕਰਦੇ। ਪਰ ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੰਨੀਆਂ ਵੀ ਰੀਜਨਲ ਪਾਰਟੀਜ਼ ਹੈ, ਵੇਖੋ ਲਾਲੂ ਦੀ ਪੂਰੀ ਚੱਲਦੀ ਹੈ ਬਿਹਾਰ 'ਚ, ਫਿਰ ਮੁਲਾਇਮ ਸਿੰਘ ਯਾਦਵ ਦੀ ਪਾਰਟੀ ਹੈ ਉਹ ਸੁਪਰੀਮੋ ਉਹਨਾਂ ਦਾ, ਉਹਨਾਂ ਦੀ ਗੱਲ ਵੀ ਚੱਲਦੀ ਹੈ, ਚੁਟਾਲਾ ਵੀ ਆਪਣੀ ਡਿਕਟੇਸ਼ਨ ਕਰਦਾ। ਸੋ ਮੇਰੇ ਵਿੱਚ ਕੋਈ ਅਰਜ ਨਹੀਂ ਸੀਗੀ ਵੀ ਇਹਨਾਂ ਨੂੰ ਕੇਜਰੀਵਾਲ ਦੀ ਇਹਨਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਸੀ। ਉਹ ਯੋਗਿੰਦਰ ਯਾਦਵ ਨਿਕਲ ਗਏ ਜਾਂ ਦੂਜੇ ਨਿਕਲ ਗਏ, ਉਹਨਾਂ ਦਾ ਆਪਣਾ ਮਾਮਲਾ, ਜਿਹੜੀ ਪਾਰਟੀ ਅੱਗੇ ਆਈ ਹੈ ਉਹਨੂੰ ਪ੍ਰੋਜੈਕਟ ਕਰਨਾ ਚਾਹੀਦਾ ਸੀ। ਇਹ ਅੱਜ ਵੀ ਸਾਰੇ ਇਕੱਠੇ ਹੋ ਜਾਣ ਇਹ ਜੇਤੂ ਹੋ ਸਕਦੇ ਆ। ਸੋ ਮੈਂ ਇਹਨਾਂ ਦਾ ਵਿਚਾਰ ਇਹਨਾਂ ਦੇ ਜਾਣਨਾ ਚਾਹੁੰਦਾ ਜੀ। ਠੀਕ ਹੈ ਬਾਜੂ ਸਾਹਿਬ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ।
खैरा साहब अपने को टाइम ज्यादा नहीं है, सिर्फ 4 मिनट है, ਤੁਸੀ जो क्वेश्चन ਤੁਹਾਨੂੰ ਲੱਗੇ ਆ ਬੈਸਟ ਆਨਸਰ ਦਿਓ। ਨਹੀਂ ਇਹਨਾਂ ਦੇ ਬਾਕੀ ਦਾ ਇਹਨਾਂ ਦਾ ਅਨਾਲਿਸਿਸ ਸੀਗਾ ਜੋ ਲਾਸਟ ਕਹਿੰਦੇ ਨੇ ਕਿ ਕਿੰਨੀ ਵਾਰ ਤੱਕ ਜੋ ਜਾਣਾ ਚਾਹੀਦਾ ਉਹ ਡਿਜੀਟਲ ਪਾਰਟੀ ਨਹੀਂ ਕੀਤੀ ਜੀ। ਬਿਲਕੁਲ ਐਸ ਲਾਈਕ ਐਨੀ ਅਦਰ ਨੈਸ਼ਨਲ ਪਾਰਟੀ ਕਾਂਗਰਸ ਬੀਜੇਪੀ ਉਹਨਾਂ ਵਾਲੀ ਪਾਰਟੀ ਆ। ਔਰ ਦੇਖੋ ਜੇ ਤੁਸੀਂ ਕਹੋ ਕਿ ਆਪਣੀ ਪੱਗ ਲਵਾ ਕੇ ਤੇ ਕਿਸੇ ਦੇ ਦਰਵਾਜ਼ੇ ਤੇ ਜਾ ਕੇ ਦੁਬਾਰਾ ਕਰਨਾ ਮੈਂ ਤਾਂ ਨਹੀਂ ਕਰ ਸਕਦਾ ਜੀ। ਇਹਨਾਂ ਨੂੰ ਕੋਈ ਹੋਰ ਡੀਟੇਲ ਸੋਚਦੇ ਨੇ ਉਹਨਾਂ ਨੂੰ ਸਲਾਹ ਦੇ ਸਕਦੇ। ਆਈ ਕੈਨ ਨਾਟ ਜਸਟ ਗੋ ਬੈਕ ਜਿੱਥੇ ਮੇਰੀ ਤੋਹੀਨ ਕੀਤੀ ਗਈ, ਜਿੱਥੇ ਮੇਰੀ ਸੈਲਫ ਰਿਸਪੈਕਟ ਸੀ। ਔਰ ਜਿਹੜੇ ਇਸ਼ੂਜ਼ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ, ਜਦ ਮੈਂ ਤੁਹਾਨੂੰ ਪੁੱਛਿਆ ਕਿ ਕੀ ਆਮ ਆਦਮੀ ਪਾਰਟੀ ਨੇ UAPA ਲਾਅ ਦਾ ਵਿਰੋਧ ਕਿਉਂ ਨਹੀਂ ਕੀਤਾ ਪੰਜਾਬ ਦੇ ਵਿੱਚ, ਜੋ ਆਪਾਂ ਜਿਹੜਾ ਟਾਡਾ ਵਰਗਾ ਕਾਨੂੰਨ ਸੀਗਾ। ਆਮ ਆਦਮੀ ਪਾਰਟੀ ਨੇ ਜਿਹੜੀ ਕਹਿੰਦੀ ਆ ਕਿ ਅਸੀਂ ਸੂਬਿਆਂ ਦੇ ਅਧਿਕਾਰ ਨਹੀਂ ਖੜਦੇ ਹਾਂ, ਦਿੱਲੀ ਦੇ ਅਧਿਕਾਰ ਬਣਦੇ ਨੇ। ਉਹਨਾਂ ਨੇ ਜੰਮੂ ਕਸ਼ਮੀਰ ਦੇ 2 ਟੁੱਟੇ ਕੀਤੇ ਗਏ, ਉਹਨਾਂ ਦਾ ਬੀਜੇਪੀ ਨੇ ਸਾਥ ਤੋਂ ਦਿੱਤਾ ਸੀਗਾ ਜੀ। ਇਟ ਇਜ਼ ਨਾਟ ਅ ਸੂਟੇਬਲ ਪਾਰਟੀ ਫਾਰ ਪੰਜਾਬ। ਐਂਡ ਆਫ ਦ ਡੇ ਪੰਜਾਬ ਵਿੱਚ ਉਹੀ ਪਾਰਟੀ ਚੱਲੇਗੀ ਜਿੱਦਾਂ ਤਾਂ ਸ਼੍ਰੋਮਣੀ ਅਕਾਲੀ ਦਲ ਨਿਰਪੱਖ ਹੱਥਾਂ ਵਿੱਚ ਚੱਲੇ, ਜਿੱਦਾਂ ਪਹਿਲਾਂ ਹੋਇਆ ਕਰਦਾ ਸੀਗਾ ਸਾਥਪਾ ਸੰਗਤਾਂ ਦੇ, ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ, ਈਵਨ ਸੰਤ ਹਰਚੰਦ ਸਿੰਘ ਲੌਂਗੋਵਾਲ ਲੌਂਗੋਵਾਲ ਜੀ ਜਾਂ ਮਾਸਟਰ ਤਾਰਾ ਸਿੰਘ। ਇਹ ਪਾਰਟੀ ਫਿਰ ਦੁਬਾਰਾ ਕਾਮਯਾਬ ਹੋ ਜੀ, ਦਿਨ ਵਿੱਚ ਕਾਮਯਾਬ ਹੋ ਜੀ ਜੀ। ਜੇ ਤੁਸੀਂ ਕਹੋ ਕਿ ਜਾਂ ਫਿਰ ਦੂਸਰਾ ਹੈਗਾ ਕਿ ਕੋਈ ਅਦਰ ਆਪਸ਼ਨ ਹੈ ਕਿ ਦਿਸ ਸ਼ੁਡ ਬੀ ਏ ਪੰਜਾਬ ਸੈਂਟ੍ਰਿਕ ਰੀਜਨਲ ਪਾਰਟੀ ਇਨ ਵਨ, ਜਿਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ ਜੀ। ਸੈਕਿੰਡ ਜੀ 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 ਖੈਰਾ ਸਾਹਿਬ 2 ਮਿੰਟ ਨੇ, ਤੁਸੀਂ ਆਪਦਾ ਬਰੀਫ ਦਿਓ ਕਿ ਕਿਸਾਨ ਅੰਦੋਲਨ 2-3 ਮਿੰਟਾਂ 'ਚ ਰੈਪ ਅਪ ਕਰ ਦਿਓ। ਤੁਸੀਂ ਕੀ ਦੇਖ ਰਹੇ ਹੋ ਫਿਊਚਰ, ਕੋਈ ਵਿਚਲਾ ਰਸਤਾ ਨਿਕਲਦਾ ਨਜ਼ਰ ਆ ਰਿਹਾ ਆ ਜਾਂ ਨਹੀਂ? ਦੇਖੋ ਇੱਕ ਗੱਲ ਅੱਛੀ ਤਰ੍ਹਾਂ ਸਮਝੋ ਕਿ ਇਸ ਵਕਤ ਜਿਹੜਾ ਇੰਡੀਆ ਨਾ ਉਹ ਸੋਸ਼ਲਿਜ਼ਮ ਤੋਂ ਕੈਪੀਟਲਿਜ਼ਮ ਵੱਲ ਬਹੁਤ ਬੁਰੀ ਤਰ੍ਹਾਂ ਸ਼ਿਫਟ ਹੋ ਚੁੱਕਾ ਵਾ ਜੀ। ਜਦੋਂ ਇੰਡੀਆ ਆਜ਼ਾਦ ਹੋਇਆ ਸੀ ਨਾ, ਇਹਦੀ ਵਿਚਾਰਧਾਰਾ ਸੋਸ਼ਲਿਜ਼ਮ ਦੇ ਨਾਲ ਜੁੜੀ ਤੇ ਵੈਲਫੇਅਰ ਸਟੇਟ ਸੀ ਕਿ ਸਾਰਿਆਂ ਦਾ ਬਰਾਬਰ ਭਲਾ। ਲੇਕਿਨ ਪਿਛਲੇ ਘੱਟੋ ਘੱਟ 2 ਦਹਾਕਿਆਂ ਤੋਂ ਦੇ ਵਿੱਚ ਮੇਜਰ ਸ਼ਿਫਟ ਜਿਹੜਾ ਸਿਫਟਡ ਟੁਵਰਡਸ ਕੈਪੀਟਲਿਜ਼ਮ। ਇੱਕ ਤਾਂ ਆਕਸਫੈਮ ਨਾ ਇੱਕ ਇੰਟਰਨੈਸ਼ਨਲ ਰਿਸਰਚ ਏਜੰਸੀ ਆ, ਉਹਦੀ ਰਿਪੋਰਟ ਤੁਸੀਂ ਦੇਖੋ ਸਵਿਟਜ਼ਰਲੈਂਡ ਤੋਂ ਛਾਇਆ ਹੋਈ ਆ ਤੇ ਬਹੁਤ 2 ਮੰਥਸ ਆਕਸਫੈਮ ਅਗਰ ਤੁਸੀਂ ਸਰਚ ਕਰੋਗੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਇੰਡੀਆ ਕੈਨ ਨੈਵਰ ਗਰੋ ਕਿਉਂਕਿ ਇੱਥੇ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਵੈਲਥ ਹੋ ਚੁੱਕੀ ਆ। 73% ਸਰਮਾਇਆ ਜਿਹੜਾ ਇਸ ਦੇਸ਼ ਦਾ ਉਹ ਇੱਕ ਪੈਸੇ ਲੋਕਾਂ ਦੇ ਹੱਥਾਂ 'ਚ ਜਾ ਚੁੱਕਾ, ਅਡਾਨੀਆਂ ਦੇ, ਅੰਬਾਨੀਆਂ ਦੇ, ਟਾਟਿਆਂ ਦੇ, ਬਿਰਲਿਆਂ ਦੇ, ਬਾਦਲਾਂ ਦੇ ਜੀ ਪਰਸੈਂਟ ਲੋਕਾਂ ਦੇ ਹੱਥ ਵਿੱਚ 73%। ਦੇਰਫੋਰ ਵੈਨ ਦੇਰ ਇਜ਼ ਸਚ ਅ ਬਿਗ ਡਿਵਾਈਡ ਬਿਟਵੀਨ ਦ ਰਿਚ ਐਂਡ ਦ ਪੂਅਰ ਜੀ ਕਿ ਫੇਅਰ ਡਿਸਟ੍ਰੀਬਿਊਸ਼ਨ ਆਫ ਜਿਹੜਾ ਹੈਗਾ ਨਹੀਂ ਕਰ ਸਕਦੇ, ਪਾਵਰਟੀ ਜਿਹੜੀ ਐਲੀਵੇਸ਼ਨ ਆ ਉਹ ਨਹੀਂ ਕਰ ਸਕਦੇ। ਫਾਰਮਰਸ ਦਾ ਐਜੂਕੇਸ਼ਨ ਇਸੇ ਸੰਦਰਭ ਵਿੱਚ ਹੈ ਕਿਉਂਕਿ ਐਗਰੀਕਲਚਰ ਸੈਕਟਰ ਇੱਕ ਇਹੋ ਜਿਹਾ ਸੈਕਟਰ ਸੀ ਜਿਹੜਾ ਕਾਰਪੋਰੇਟ ਦੀ ਜਕੜ ਤੋਂ ਪਕੜ ਤੋਂ ਬਾਹਰ ਸੀ। ਮੋਦੀ ਦੀ ਸਰਕਾਰ ਨੇ ਜਿਹੜੇ 3 ਲਿਆਂਦੇ ਬੜੇ ਵੈਲ ਪਲੈਨਡ ਤਰੀਕੇ ਨਾਲ ਕਿ ਅਸੀਂ ਐਗਰੀਕਲਚਰ ਸੈਕਟਰ ਵੀ ਕਾਰਪੋਰੇਟਸ ਨੂੰ ਖੋਲ੍ਹੀਏ ਤਾਂ ਕਿ ਇਸ ਦੇ ਵਿੱਚ ਉਹ ਪੁਆਇੰਟ ਕਰ ਸਕਣ ਔਰ ਉਹਦੀ ਐਕਸਪਲੋਇਟੇਸ਼ਨ ਦਾ ਜਿਹੜਾ ਅਲਟੀਮੇਟਲੀ ਜਿਹੜਾ ਸ਼ਿਕਾਰ ਹੋ ਸਕੋ ਛੋਟਾ ਤੇ ਦਰਮਿਆਨਾ ਕਿਸਾਨ ਸੀ। ਸਭ ਨੂੰ ਪਤਾ ਇਸ ਦੇਸ਼ ਦੇ ਵਿੱਚ ਵਰਲਡ ਵਾਈਡ ਜਿਹੜਾ ਇਹ ਕੰਟਰੈਕਟ ਫਾਰਮਿੰਗ ਦਾ ਫਾਰਮੂਲਾ ਕਿ ਵੈਸਟਰਨ ਵਰਲਡ ਵਿੱਚ ਕਈ ਦਹਾਕੇ ਪਹਿਲਾਂ ਫੇਲ ਹੋ ਚੁੱਕਾ ਵਾ ਜੀ 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 ਫੇਲਿਅਰ ਸਿਸਟਮ ਹੈ ਜੀ। ਹੁਣ ਸਵਾਲ ਇਹ ਆ ਕਿ ਇਹਦੇ ਨਾਲ ਵੱਡਾ ਅੰਦੋਲਨ ਅੱਜ ਦੇ ਯੁੱਗ ਵਿੱਚ ਖੜਾ ਨਹੀਂ ਕੀਤਾ ਜਾ ਸਕਦਾ, ਪਰ ਸਾਡੇ ਦੇਸ਼ ਦਾ ਅਫਸੋਸ ਗਿਆ ਕਿ ਇੱਕ ਦੇਸ਼ ਦੇ ਰਾਜ ਕਰਨ ਵਾਲੇ ਉਹਨਾਂ ਦਾ ਪਰਦਾ ਤਾਂ ਜ਼ਰੂਰੀਅਤ ਪੱਧਰ ਵੱਲ, ਲੇਕਿਨ ਅੰਦਰੋਂ ਉਹ ਤਾਨਾ ਸ਼ਾਹ ਹੋ ਚੁੱਕੇ ਨੇ ਦੇ ਡੂ ਨਾਟ ਬੋਦਰ। ਪਰ ਉਹ ਦਾਤ ਪਾਤ ਦੇ ਪੱਤੇ ਖੇਡ ਕੇ ਇਲੈਕਸ਼ਨਾਂ ਜਿੱਤਣ ਦੇ ਆਦੀ ਹੋ ਚੁੱਕੇ ਨੇ, ਉਹਨਾਂ ਨੂੰ ਜਮਹੂਰੀਅਤ ਵਿੱਚ ਕੋਈ ਵਿਸ਼ਵਾਸ ਨਹੀਂ ਆ। ਇੱਕ ਵਾਰ ਕਿਸੇ ਤਰੀਕੇ ਦਾ ਮੈਂਡੇਟ ਲੈ ਕੇ ਮੈਜੋਰਿਟੀ ਲੈ ਕੇ ਪਾਰਲੀਮੈਂਟ 'ਚ ਆ ਜਾਂਦੇ ਨੇ ਤੇ ਫਿਰ ਉਹ ਲਗਾਤਾਰ ਐਨਡੀਪੀ ਤੋਂ ਕਾਨੂੰਨ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਇਲੈਕਸ਼ਨ ਦੇ ਨੇੜੇ ਜਾ ਕੇ। ਉਹ ਫਿਰ ਕੋਈ ਨਾ ਕੋਈ ਧਰਮ ਦਾ ਪਤਾ ਇਸ ਤਰ੍ਹਾਂ ਦਾ ਖੇਡਦੇ ਕਿ ਮੈਜੋਰਿਟੀ ਦੀ ਵੋਟ ਇੱਕ ਪਾਸੇ ਇਕੱਠੀ ਹੋ ਕੇ ਉਹਨੂੰ ਵੋਟਾਂ ਪਾ ਦਿੱਤੀ ਸੀ। 4 ਇਲੈਕਸ਼ਨਾਂ ਇੰਡੀਆ 'ਚ ਹੋਣ ਹੋਣੀਆਂ ਤਾਜ਼ੀਆਂ ਜੀ, ਉਹ ਤੇ ਬੀਜੇਪੀ ਲੂਜ਼ਸ ਆਲ 4 ਤਾਂ ਕਿ ਇਸ ਦੇਸ਼ ਦਾ ਸੈਕੂਲਰ ਕੈਰੈਕਟਰ ਬਚ ਸਕੇ ਜੀ ਜੀ ਜੀ। ਜਿੱਦਾਂ ਜਿੱਤ ਕੇ ਆ ਵੈਸਟ ਬੰਗਾਲ ਜਿੱਦਾਂ ਕਿਹਾ ਜਾ ਰਿਹਾ ਕਿ ਜਿੱਤ ਜਿੱਤ ਰਹੀ ਹੈ ਤੇ ਫਿਰ ਤੁਸੀਂ ਮੈਨੂੰ ਦੱਸੋ ਕਿਸਾਨਾਂ ਦੇ ਅੰਦੋਲਨ ਦਾ ਉਹ ਹੱਲ ਕਿਉਂ ਨਹੀਂ ਕਿਤੇ ਹੱਲ ਤਾਂ ਉਹ ਕੱਢਣਗੇ। ਰਾਈਟ, ਉਹਨੂੰ ਲੱਗਿਆ ਕਿ ਸਾਡਾ ਜਨ ਆਧਾਰ ਤੇ ਸਾਡੀ ਜਨ ਸ਼ਕਤੀ ਜਿਹੜੀ ਆ ਉਹ ਘੱਟ ਰਹੀ ਆ। ਮੇਰੀਆਂ ਸ਼ੁਭਕਾਮਨਾਵਾਂ ਕਿਸਾਨ ਅੰਦੋਲਨ ਦੇ ਨਾਲ ਆ, ਸਾਡੀਆਂ ਅਰਦਾਸਾਂ ਵਾ। ਮੈਂ ਕੋਈ ਇਸ ਤਰ੍ਹਾਂ ਦਾ ਪਲੈਟਫਾਰਮ ਦੇ ਵਿੱਚ ਮੈਂ ਜਾ ਕੇ ਉਹਨਾਂ ਦਾ ਹੁੰਦੇ ਹੀ ਉਹਨਾਂ ਦੀ ਹਮਦਰਦੀ ਤੇ ਉਹਨਾਂ ਦੀ ਮਦਦ ਵੀ ਕਰਦੇ ਔਰ ਇਹ ਅਰਦਾਸ ਕਰਦੇ ਕਿ ਸਾਡਾ ਇਹ ਅੰਦੋਲਨ ਕਾਮਯਾਬ ਹੋਵੇ ਪੰਜਾਬ ਵਿੱਚ ਜੀ। ਖੈਰਾ ਸਾਹਿਬ ਸਮੇਂ ਇਜਾਜ਼ਤ ਨਹੀਂ ਦੇ ਰਿਹਾ,
ਜਿਵੇਂ ਡਰੱਗ ਮਾਫੀਆ, ਰੇਤ ਮਾਫੀਆ 2022 ਜਾਂ ਕਿਸਾਨ ਅੰਦੋਲਨ 'ਚ ਡੀਪਲੀ ਜਾਵਾਂ, ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਤੁਹਾਡੇ ਤੋਂ ਪੁੱਛਣੀਆਂ ਆ ਕਿ ਕਿੱਥੇ ਹਰਟ ਹੋ ਰਿਹਾ, ਪਰ ਅੱਜ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਫਿਰ ਕਿਸ ਦਿਨ ਸੈਸ਼ਨ ਲਾਵਾਂਗੇ। ਤੁਸੀਂ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ। ਥੈਂਕ ਯੂ ਸੋ ਮੱਚ, ਥੈਂਕ ਯੂ, ਬਹੁਤ ਸ਼ੁਕਰੀਆ, ਐਂਡ ਸਭ ਮੇਰੀ ਦੁਆ। ਥੈਂਕ ਯੂ। ਦਰਸ਼ਕੋ, ਇਹ ਸਨ ਸਰਦਾਰ ਸੁਖਪਾਲ ਸਿੰਘ ਖਹਿਰਾ, MLA ਭੁਲੱਥ। ਬਹੁਤ ਸੋਹਣੀ ਇਲੈਬੋਰੇਸ਼ਨ ਕੀਤੀ ਇਹਨਾਂ ਨੇ ਹਰ ਇਸ਼ੂ 'ਤੇ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਕੁਐਸਚਨ ਬਹੁਤ ਸੀ, ਬਹੁਤ ਸਾਰੀਆਂ ਕਾਲਾਂ ਜੁੜੀਆਂ ਹੋਈਆਂ ਸੀ। ਅਸੀਂ ਦਰਸ਼ਕਾਂ ਨਾਲ ਪ੍ਰੋਮਿਸ ਕਰਦਾ ਕਿ ਅਸੀਂ ਕਿਸੇ ਦਿਨ ਫਿਰ ਇਹਨਾਂ ਨੂੰ ਫਿਰ ਪ੍ਰੋਗਰਾਮ 'ਚ ਲੈ ਕੇ ਆਵਾਂਗੇ। ਆਪਦਾ ਪੂਰਾ ਖਿਆਲ ਰੱਖਿਓ, ਮੈਨੂੰ ਗੁਰਲਾਲ ਨੂੰ ਦਿਓ ਇਜਾਜ਼ਤ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸ਼ਬਾ ਖੈਰ।